Hello, everyone. Sasrikal, Ruby Bassi from Seattle, Washington. Podcaster, YouTuber, Tadi Dost, Galapa Kariye. Not going to list everything, I think you guys already know. Aapa aaj gal karni hai ki ya, jede na neutral gender bathroom karte na ne. California de state de vich, bachyan de jede school de bathroom hunde ya, ohna de baar ji sign lagya, that they are open to all genders. Te kai jaga main vi dekh rahi haan, when you go to use the restroom, ki utthe neutral bathroom karte hai. Kai log ta bade khush hai, ki bhai, it's good. People like me kind of have an issue there. The issue eh hundi hai ji, aapan ladies to say girls, bache, like karte hai, ladies bathroom is cleaner. If you've accidentally walked into a men's bathroom, just galti na kahi wari, you know, not paying attention, you know, left lado instead of right lado di jaga, you've walked into a men's restroom and you've noticed how dirty it is and you walked right out saying, whoops. So, is that the only issue though? Issues mere saab na badiyan ho riyan ya. Ji aapa kariye gender di galna. California state de vich law bade strict hai ji. California Education Department guide karda schoolan nu ke kadi vi student da gender identity release nahi karni bina student di permission to ke jehde records aa hai closely tusi guide te hold karne close to yourself. That's not only it though, ina vich hor vi badi changes hagiya jehde kai bacche aa oh kende we don't want our parents to know ji ਕਿ ਅਸੀਂ ਜੈਂਡਰ ਚੇਂਜ ਕਰ ਰਹੇ ਹਾਂ, ਅਸੀਂ ਮੁੰਡੇ ਤੋਂ ਕੁੜੀ ਬਣਨਾ ਚਾਹੁੰਦੇ ਹਾਂ ਜਾਂ ਕੁੜੀ ਤੋਂ ਮੁੰਡਾ ਬਣਨਾ ਚਾਹੁੰਦੇ ਹਾਂ. ਜੇ ਤੁਸੀਂ ਕੈਲੀਫੋਰਨੀਆ ਸਟੇਟ ਦੇ ਵਿੱਚ ਰਹਿੰਦੇ ਹੋ, ਤੁਹਾਡਾ ਬੱਚਾ ਜੇ ਕਹੇ ਮੈਂ ਆਪਣੀ ਸੈਕਸ਼ੂਅਲ ਆਈਡੈਂਟੀ ਚੇਂਜ ਕਰਨੀ ਆ, ਮੈਨੂੰ ਲੱਗਦਾ ਕਿ ਆਈ ਫੀਲ ਕਿ ਮੈਨੂੰ ਲੱਗਦਾ ਕਿ ਮੈਂ ਜੰਮੀ ਕੁੜੀ ਦੇ ਬੋਡੀ ਦੇ ਵਿੱਚ ਹਾਂ, ਬਟ ਰੱਬ ਤੋਂ ਗਲਤੀ ਹੋ ਗਈ. ਰਾਈਟ, ਰੱਬ ਤੋਂ ਗਲਤੀ ਹੋ ਗਈ ਜੀ, ਅਤੇ ਮੈਨੂੰ ਜੰਮਣਾ ਚਾਹੀਦਾ ਸੀ ਮੁੰਡੇ ਦੀ ਬੋਡੀ ਦੇ ਵਿੱਚ. ਓਕੇ, ਵੈਲ ਦੈਟਸ ਵਨ ਜਿਹੜਾ ਬੜਾ ਕਾਮਨਲੀ ਆਪਾਂ ਸੁਣ ਰਹੇ ਹਾਂ. ਅਤੇ ਇਹ ਬੱਚਾ ਡਾਕਟਰ 'ਤੇ ਜਾ ਸਕਦਾ ਆ, ਯੂ ਨੋ, ਐਟ ਅ ਸਰਟਨ ਏਜ ਤੁਹਾਨੂੰ ਆਪਾਂ ਕਹਿ ਦਿੰਦੇ ਆ ਡਾਕਟਰਸ ਕਿ ਯਾ, ਵੀ ਜਸਟ ਵਾਂਟ ਹੈਵ ਅ ਲਿਟਲ ਚੈਟ ਵਿਦ ਦ ਯੂ ਨੋ ਦ ਚਾਈਲਡ. ਓਕੇ, ਵੀ ਡੋਨਟ ਥਿੰਕ ਐਨੀਥਿੰਗ ਆਫ ਇਟ. ਅਤੇ ਬੱਚਾ ਜੇ ਕਹੇ ਮੈਂ ਪ੍ਰਾਈਵੇਟ 'ਚ ਗੱਲ ਕਰਨੀ ਜਾਂ ਯੂ ਨੋ ਜੋ ਵੀ ਗੱਲ ਹੈਗੀ ਆ, ਅਤੇ ਜੇ ਬੱਚਾ ਡਾਕਟਰ ਨੂੰ ਕਹੇ ਕਿ ਆਈ ਵਾਂਟ ਟੂ ਗੋ ਥਰੂ ਏ ਜੈਂਡਰ ਚੇਂਜ, ਹੈ ਨਾ, ਜੈਂਡਰ ਚੇਂਜ ਕਰਨਾ ਜੀ ਮੈਂ ਆਪਣਾ, ਤਾਂ ਡਾਕਟਰ ਕੈਨ ਸੇ ਠੀਕ ਆ ਜੀ, ਐਂਡ ਦੇ ਡੋਂਟ ਹੈਵ ਟੂ ਟੈਲ ਦ ਪੇਰੈਂਟ. ਉਹਨਾਂ ਨੂੰ ਮਾਂ ਬਾਪ ਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੀ. ਸਕੂਲ ਨੂੰ ਤੁਹਾਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈਗੀ, ਜੇ ਤੁਸੀਂ ਧੱਕਾ ਕਰਦੇ ਹੋ ਬੱਚੇ ਨਾਲ, ਬੱਚਾ ਜੀ ਕਨਫਿਊਜ਼ਡ ਆ. Right, so I'm going back to the bathroom thing. Bathroom nikalte pahunchte hain apan kam kam aake. How do you feel about that? I think I'm going to do a poll at the end of this. At the end of that, I'm poll karange ik. Ke how do you people feel about ke ki ho reha ji? Tuhanu kive lag reha ya? Eh galla sahi hai. Je tusi apne bacche nu kehne ho ke na bhai, tu confused na. Je tuhanu shak pendi ya. Tuhanda bachcha ਚਾਈਲਡ ਪ੍ਰੋਟੈਕਟਿਵ ਸਰਵਿਸਿਜ਼ ਵਾਲੇ ਆ ਘਰ ਲੈ ਕੇ ਜਾ ਸਕਦੇ ਆ ਜੀ. ਸੀਰੀਅਸਲੀ,
this is going on, this is happening. So pretty much loved California. But ਜੇ ਕਿਸੇ ਨੇ ਨੋਟਿਸ ਕੀਤਾ ਕਿ ਇਹ ਜੈਂਡਰ ਚੇਂਜ ਦੀ ਪੁਸ਼ ਇਕਦਮ ਹੀ ਕਿੱਥੋਂ ਆ ਗਈ ਜੀ, ਪਹਿਲਾਂ ਤਾਂ ਨਹੀਂ ਸੁਣਿਆ ਸੀ ਇੰਨਾ ਰੌਲਾ, ਰਾਈਟ? ਹਾਂਜੀ ਜੀ, ਸੁਣਦੇ ਸੀ ਗੇ ਆ, ਯੇ ਆ, ਵੋ ਆ, ਠੀਕ ਆ ਨਾ, ਉਹ ਵੀ ਠੀਕ ਆ, ਚਲੋ ਉਹਦਾ ਵੀ ਹੁਣ ਬੜਾ ਖੁੱਲ੍ਹੇਆਮ ਕੰਮ ਚੱਲ ਪਿਆ, ਹੈ ਨਾ, ਦੈਟਸ ਫਾਈਨ। ਬਟ ਹੁਣ ਜੈਂਡਰ ਚੇਂਜ ਦਾ ਨਵਾਂ ਕੰਮ ਚੱਲ ਪਿਆ, ਆਈ ਫੀਲ ਐਜ਼ ਆਈ ਸ਼ੁੱਡ ਬੀ ਅ ਬੋਏ ਔਰ ਆਈ ਸ਼ੁੱਡ ਬੀ ਦਿਸ, ਐਂਡ ਦੇ ਗੋ ਥਰੂ ਦੀ ਸਰਜਰੀਜ਼, ਇਹ ਸਰਜਰੀਜ਼ ਕਰਵਾਉਂਦੇ ਆ ਜੀ, ਉਹਨਾਂ ਤੋਂ ਬਾਅਦ ਕਈਆਂ ਨੂੰ ਪ੍ਰੋਬਲਮ ਆ ਰਹੀਆਂ ਹੈਗੀਆਂ। ਮੈਂ ਬੜੀਆਂ ਰਿਪੋਰਟਸ ਪੜ੍ਹੀਆਂ ਹੈਗੀਆਂ ਜਿੱਥੇ ਉਹ ਕਹਿੰਦੇ ਸਾਨੂੰ ਛੋਟੀ ਏਜ ਨਹੀਂ ਪਤਾ ਸੀਗਾ, ਸਾਨੂੰ ਲੱਗਿਆ ਕਿ ਇਹੀ ਸਹੀ ਆ, ਬਾਅਦ ਵਿੱਚ ਪਛਤਾ ਰਹੇ ਆ। ਕਈ ਹੁੰਦੇ, ਕਈ ਲੋਕ ਮੈਂ ਹੋਰ ਵੀ ਸੁਣਦੀ ਹਾਂ ਕਹਿੰਦੇ ਅਸੀਂ ਖੁਸ਼ ਹੀ ਬਣੇ ਹਾਂ। ਹਾਊ ਡੂ ਯੂ ਐਨ ਸਟੈਂਡ, ਆਈ ਮੀਨ ਵੇਅਰ ਡੂ ਯੂ ਸਟੈਂਡ, ਆਈ ਸ਼ੁੱਡ ਸੇ, ਤੁਸੀਂ ਕਿੱਥੇ ਖੜੇ ਹੋ ਇਹ ਗੱਲ ਨੂੰ ਲੈ ਕੇ? ਹਾਊ ਡੂ ਯੂ ਫੀਲ ਜਦੋਂ ਤੁਸੀਂ ਇਹ ਗੱਲਾਂ ਸੁਣਦੇ ਹੋ? ਆਪਾਂ ਨੂੰ ਇਹ ਗੱਲਾਂ ਅਡੋਪਟ ਕਰਨੀਆਂ ਚਾਹੀਦੀਆਂ, ਰਾਈਟ? ਔਰ ਸ਼ੁੱਡ ਵੀ ਅਡੈਪਟ ਟੂ ਇਟ? ਆਪਾਂ ਨੂੰ ਓਕੇ ਹੋਣਾ ਚਾਹੀਦਾ ਜੀ ਕਿ ਹੁਣ ਜਿਹੜੀ ਕੰਟਰੀ 'ਚ ਆਪਾਂ ਰਹਿ ਰਹੇ ਹਾਂ ਕਿ ਇੱਥੇ ਹੁਣ ਇੱਦਾਂ ਹੀ ਚੱਲਦਾ ਹੈਗਾ ਆ, ਐਂਡ ਇਟਸ ਓਕੇ, ਇਜ਼ ਇਟ ਰੀਅਲੀ ਓਕੇ ਦੋ? ਜੈਂਡਰ ਬਾਥਰੂਮ ਦੇ ਮੁੜ ਕੇ ਹੁਣ ਮੈਂ ਨਿਊਟਰਲ ਜੈਂਡਰ ਦੇ, ਯੂ ਨੋ ਮਾਈ ਖਿਡਸ ਗੋ ਟੂ ਐਨ ਅਕੈਡਮੀ, ਮੈਂ ਆਪ ਪ੍ਰਾਈਵੇਟ ਸਕੂਲ ਪੜ੍ਹੀ ਹਾਂ ਅਤੇ ਇਹਨਾਂ ਦੇ ਅਕੈਡਮੀ ਦੇ ਵਿੱਚ ਵੀ ਇਹਨਾਂ ਦੇ ਹੈ ਨਾ ਹੈਗੇ ਆ ਬਾਥਰੂਮਸ ਜਿੱਥੇ ਨਾ ਇਹਨਾਂ ਦਾ ਪ੍ਰਾਈਵੇਟ ਬਾਥਰੂਮਸ ਆ, ਨਿਊਟਰਲ ਬਾਥਰੂਮਸ, ਐਂਡ ਇਟਸ ਅ ਪ੍ਰਾਈਵੇਟ ਫੁੱਲ ਬਾਥਰੂਮ, ਇਟਸ ਨਾਈਸ। ਐਂਡ ਬਿਸਾਈਡਸ ਦੈਟ, ਹੁਣ ਜੇ ਤੁਸੀਂ ਕਿਤੇ ਬਾਹਰ ਜਾਂਦੇ ਆ, ਮੈਂ ਨਾ ਆਈ ਐਮ ਨੋਟਿਸਿੰਗ ਮੋਸਟਲੀ ਏਰੀਆਜ਼, ਜੇ ਤੁਸੀਂ ਲੈਟਸ ਸੇ ਰੈਸਟ ਏਰੀਆ ਕਿਤੇ ਵੀ ਹੁਣ ਰੁਕਣ ਆ ਗਏ ਹੋ ਨਾ, ਅੱਗੇ ਦੀ ਅੱਗੇ ਚੇਂਜਸ ਆ ਰਹੀਆਂ ਨਿਊਟਰਲ ਜੈਂਡਰ ਬਾਥਰੂਮ। ਇੱਕ ਸਟੇਟ ਦੀ ਸਟੋਰੀ ਹੈ ਜੀ, ਅੱਜ ਕਈ ਸਟੇਟਾਂ ਸਟੋਰੀਆਂ ਇੱਦਾਂ ਦੀਆਂ ਹੈਗੀਆਂ ਕਿ ਮਾਂ ਆਪਣੇ ਬੱਚੇ ਨੂੰ ਨਾ ਬਾਥਰੂਮ ਭੇਜਿਆ, ਕੁੜੀ ਨੂੰ ਬਾਥਰੂਮ ਭੇਜਿਆ, ਅਤੇ ਨਾਲ ਹੀ ਨਾ ਥੋੜ੍ਹੇ ਚਿਰ ਬਾਅਦ ਇੱਕ ਬੰਦਾ ਡ੍ਰੈਸ ਐਜ਼ ਅ ਵੂਮਨ, ਪੂਰਾ ਬੰਦਾ ਚੱਲਿਆ ਬਾਥਰੂਮ ਦੇ ਵਿੱਚ, ਐਂਡ ਸ਼ੀ ਗੋਜ਼ ਆ ਆ, ਕਾਲੀ ਨੇ ਰੌਲਾ ਪਾਇਆ, ਧੱਕੇ ਵੀ ਮਾਰੇ, ਕਹਿੰਦੀ ਮਾਈ ਚਾਈਲਡ ਇਜ਼ ਇਨ ਦੇਅਰ, ਯੂ ਆਰ ਨਾਟ ਗੋਇੰਗ ਇਨ ਦੇਅਰ। ਅਤੇ ਉਹ ਬੰਦਾ ਕਹਿੰਦਾ ਆਈ ਐਮ ਅ ਵੂਮਨ, ਕਹਿੰਦੀ ਟੂ ਹੈਲ ਯੂ ਆਰ ਅ ਵੂਮਨ, ਯੂ ਆਰ ਅ ਮੈਨ ਡ੍ਰੈਸਿੰਗ ਵੂਮਨਸ ਕਲੋਜ਼। ਆਈ ਹੈਵ ਐਨ ਇਸ਼ੂ ਵਿਦ ਦੈਟ ਟੂ, ਜੀ ਮੇਰੇ ਬੱਚੇ ਬਾਥਰੂਮ ਦੇ ਵਿੱਚ ਆ, ਐਂਡ ਆਈ ਸੀ ਅ ਗਰੋਨ ਮੈਨ ਗੋਇੰਗ ਇਨ ਦੇਅਰ ਡ੍ਰੈਸ ਐਜ਼ ਅ ਵੂਮਨ, ਹਾਊ ਡੂ ਵੀ ਰੀਅਲੀ ਨੋ ਕਿ ਇਹ ਬੰਦਾ ਰੀਅਲੀ ਫੈਮਿਨਿਨ ਆ? What do you identify as? Well, gosh, I identify as a wolf today. Do you know in UK schools, ayutun magallas dinion, UK school la de vich, bache can identify as an animal? Oh, keh sakde a ji ke I feel like a wolf and they could howl. Jira kura bacha kehnda main kura aya, oh kure mu neh neh karde a. Oh yeah, it's happening. I've read reports. Where do we draw the line? Kithe aapan lakheer khichne aa ke something needs to be done about this. But can it be? Addi vaddi push kyon aa rahi hai ji? Bachiyan nu change karnu? Nahi ji, it's bachiyan di freedom. Okay. Theek hai ji. Bada common ho reha ji. Bachiyan nu sunde tusi ke you know, they'll go to their parents. And or they'll go to their cousins, they can get by. I feel ke main kudiyan te main kudiyan like kardiyan, right?
ਮੈਂ ਥੋੜ੍ਹੀ ਕਨਫਿਊਜ਼ਡ ਹਾਂ ਹਜੇ, ਬਟ ਮੈਂ ਕੁੜੀਆਂ ਲਾਈਕ ਕਰਦੀ ਹਾਂ, ਮੈਂ ਕੁੜੀ ਨਾਲ ਵਿਆਹ ਕਰਵਾਉਣਾ। ਇੱਕ ਮਾਂ ਬਾਪ ਮੰਨ ਜਾਂਦਾ ਕਿ ਚਲੋ ਠੀਕ ਆ ਭਾਈ, ਜੋ ਤੈਨੂੰ ਠੀਕ ਲੱਗ ਰਿਹਾ, ਨਹੀਂ। ਦੂਜਾ ਮਾਂ ਬਾਪ ਕਹਿੰਦਾ ਤੂੰ ਕਨਫਿਊਜ਼ਡ ਆ, ਇਹ ਕੀ ਹੋ ਰਿਹਾ ਆ, ਯੂ ਨੋ, ਇਟਸ ਗੈਟਿੰਗ ਵੈਰੀ ਕਾਮਨ। ਪਹਿਲਾਂ ਇਹ ਗੱਲਾਂ ਸੁਣੀਆਂ ਦੀ ਨਹੀਂ ਸੀਗੀਆਂ। ਕਈ ਲੋਕ ਕਹਿੰਦੇ ਹਾਂਜੀ ਜੀ ਪਹਿਲਾਂ ਵੀ ਇੱਦਾਂ ਕੁਛ ਹੁੰਦਾ ਸੀ ਇੰਨਾ, ਬਟ ਫਰਕ ਹੁਣ ਇਹ ਆ ਜੀ ਹੁਣ ਐਕਸੈਪਟਡ ਆ। ਆਈ ਡੋਂਟ ਥਿੰਕ ਸੋ, ਟੂ ਬੀ ਵੈਰੀ ਓਨੈਸਟ। ਜੇ ਤੁਸੀਂ ਨੋਟਿਸ ਕੀਤਾ ਹੋਣਾ ਆ, ਬੈਕ ਟੂ ਜੈਂਡਰ ਨਿਊਟਰਲ ਬਾਥਰੂਮਸ ਘੁੰਮ ਕੇ ਫਿਰ ਉੱਤੇ ਗੱਲ 'ਤੇ ਜਾਂਦੇ ਹਾਂ। ਜੇ ਤੁਸੀਂ ਨੋਟਿਸ ਕੀਤਾ ਹੋਣਾ ਅੱਜ ਕੱਲ੍ਹ ਅਬੋਰਸ਼ਨ ਦਾ ਕਿੰਨਾ ਰੌਲਾ ਪਿਆ ਹੈਗਾ ਜੀ, ਅਬੋਰਸ਼ਨ ਨਹੀਂ ਕਰਾ ਸਕਦੇ, ਤੁਹਾਨੂੰ ਪਤਾ ਜੀ ਕਿਉਂ? ਹਾਈਐਸਟ ਅਬੋਰਸ਼ਨ ਰੇਟਸ ਅਮੈਰੀਕਨਸ ਦੇ ਹੁੰਦੇ ਆ, ਗੋਰਿਆਂ ਦੇ ਹੁੰਦੇ ਆ, ਕੌਕੇਸ਼ੀਅਨਸ, ਅਤੇ ਇਹਨਾਂ ਦੀ ਪਾਪੂਲੇਸ਼ਨ ਘੱਟ ਰਹੀ ਆ। ਓਕੇ, ਅਤੇ ਪਾਪੂਲੇਸ਼ਨ ਕੰਟਰੋਲ ਕੀ ਹੁੰਦਾ ਜੀ? ਜਦੋਂ ਆਪਾਂ ਹੈ ਨਾ ਆਬਾਦੀ ਵਧਣ ਤੋਂ ਘਟਾਉਣੀ ਆ ਜਾਂ ਰੋਕਣੀ ਆ। ਸੋ ਮੈਂ ਜਿਹੜੀ ਗੱਲ ਕਦੀ ਵੀ ਕਰਦੀ ਹੁੰਦੀ ਹਾਂ ਨਾ, ਆਈ ਰੀਡ ਅ ਲੋਟ, ਆਈ ਟਾਕ ਟੂ ਅ ਲੋਟ ਆਫ ਪੀਪਲ ਬਿਫੋਰ ਆਈ ਸੇ ਵਟ ਆਈ ਹੈਵ ਟੂ ਸੇ। ਮੈਂ ਹਮੇਸ਼ਾ ਗੱਲ ਤਾਂ ਉਹੀ ਕਰੂੰਗੀ ਜੋ ਮੈਨੂੰ ਠੀਕ ਲੱਗਦੀ, ਜੋ ਮੈਨੂੰ ਸਹੀ ਲੱਗਦੀ ਆ, ਜੋ ਮੈਨੂੰ ਆਪਣੀ ਸਟੱਡੀ ਕਰਕੇ ਕੰਕਲੂਜਨਸ ਕੱਢ ਕੇ ਮੈਂ ਉਹ ਦਿੰਦੀ ਹੁੰਦੀ ਹਾਂ ਕਿ ਭਾਈ ਆਹ ਕੁਛ ਮੈਂ ਦੇਖਿਆ, ਆਹ ਕੁਛ ਮੈਂ ਸੁਣਿਆ, ਅਤੇ ਇੱਥੇ ਇੱਥੇ ਆਪਣੀ ਗੱਲਾਂ ਕਰਨ ਵਾਲੀਆਂ ਹੈਗੀਆਂ ਆ। ਆਈ ਐਮ ਸਪੀਕਿੰਗ ਐਜ਼ ਅ ਮਦਰ, ਓਕੇ, ਆਈ ਐਮ ਸਪੀਕਿੰਗ ਐਜ਼ ਐਨ ਆਂਟ। ਜਿਹੜੀਆਂ ਗੱਲਾਂ ਸਾਨੂੰ ਅੱਗੇ ਦੀ ਅੱਗੇ ਨਹੀਂ ਹੋਣੀ ਚਾਹੀਦੀਆਂ, ਹੋ ਰਹੀਆਂ ਆ ਜੀ। ਫਿਰ ਜੀ ਲੋਕ ਕਹਿੰਦੇ ਆ ਕਿ ਰਿਪਬਲਿਕਨ ਮਾੜੇ ਆ, ਰਾਈਟ? ਓਕੇ, ਠੀਕ ਹੈ ਜੀ, ਰਿਪਬਲਿਕਨ ਡੈਮੋਕ੍ਰੈਟ 'ਚ ਆਪਾਂ ਨਾ ਚੱਲੀਏ, ਇਟਸ ਗੁੱਡ ਫੋਰ ਅਸ, ਬਟ ਬਾਈਡਨ ਬਾਬਾ ਜੀ ਆਏ ਹੋਏ ਆ ਅਤੇ ਪੂਰਾ ਗੰਦ ਪੈ ਗਿਆ ਜੀ। ਆਏ ਡਜ਼ ਇਟ ਰੀਲੀ ਮੈਟਰ ਇਫ ਇਟਸ ਰਿਪਬਲਿਕਨ ਔਰ ਡੈਮੋਕ੍ਰੈਟ ਐਟ ਦੈਟ ਪੁਆਇੰਟ? ਰਿਪਬਲਿਕਨਸ ਰੋਕ ਰਹੇ ਆ ਜੀ ਇਹ ਗੱਲਾਂ ਨੂੰ ਕਿ ਸਾਡੇ ਬੱਚਿਆਂ ਦੇ ਸਕੂਲਾਂ ਦੇ ਵਿੱਚ ਸੈਕਸ ਐਜੂਕੇਸ਼ਨ ਠੀਕ ਆ, ਮੰਨਦੇ ਆ, ਦਿੰਦੇ, ਤੁਸੀਂ ਦੱਸਦੇ ਹੋ ਬੱਚੇ ਦੀ ਬੋਡੀ ਕਿਵੇਂ ਚੇਂਜ ਹੁੰਦੀ ਆ, ਬਟ ਇਟਸ ਨਾਟ ਓਕੇ ਟੂ ਸ਼ੋ ਅ ਲੋਟ ਆਫ ਅਦਰ ਥਿੰਗ ਜੋ ਸਕੂਲਾਂ ਵਿੱਚ ਅੱਜ ਕੱਲ੍ਹ ਇਹ ਦਿਖਾ ਰਹੇ ਆ। ਓਕੇ, ਇਕੱਠੇ ਹੋ ਸਾਰੇ, ਲੈਟਸ ਵਰਕ ਔਨ ਸਮਥਿੰਗ, ਲੈਟਸ ਡੂ ਸਮਥਿੰਗ, ਐਵਰੀ ਵਨ ਹੈਜ਼ ਅ ਵੋਇਸ, ਉਹ ਆਵਾਜ਼ ਨੂੰ ਆਪਾਂ ਉਠਾਈਏ, ਇਕੱਠੇ ਖੜ੍ਹੇ ਹੋਈਏ, ਰਾਈਟ? ਆਪਾਂ ਹੁਣ ਮੈਂ ਜਾ ਕੇ ਸਟੇਜਾਂ 'ਤੇ ਸਪੀਚਾਂ ਦਿੰਦੀ ਫਿਰਾਂ ਲੋਕਾਂ ਨੂੰ, ਇੱਦਾਂ ਕਰ ਲਓ ਜੀ, ਵੋ ਕਰ ਲਓ ਜੀ, ਅਤੇ ਆਪ ਮੈਂ ਗੱਲਾਂ 'ਚ ਮੰਨਦੀ ਨਾ ਹੋਵਾਂ ਅਤੇ ਜਾਂ ਆਪ ਮੈਂ ਫੋਲੋ ਨਾ ਕਰਦੀ, ਇਹ ਵੀ ਗੱਲ ਗਲਤ ਹੈ ਨਾ? ਜੋ ਮੈਂ ਮੰਨਦੀ ਹਾਂ, ਜੋ ਮੈਂ ਫੋਲੋ ਕਰਦੀ ਹਾਂ, ਜਿੱਥੇ ਇਨਵੀਟੇਸ਼ਨ ਮਿਲਦੀ ਆ ਆਪਾਂ ਜਾਵਾਂਗੇ। ਆਈ ਸਟੈਂਡ ਵਿਦ ਦ ਪੇਰੈਂਟਸ, ਯੈਸ, ਕਿਡਸ ਨੀਡ ਦੇਅਰ ਫਰੀਡਮ, ਯੂ ਨੋ, ਬਟ ਟੂ ਚੇਂਜ ਦੇਅਰ ਜੈਂਡਰ, ਰੀਅਲੀ, ਇਜ਼ ਦੈਟ ਓਕੇ? ਆਈ ਡੋਂਟ ਅਗਰੀ, ਆਈ ਐਮ ਸੋਰੀ, ਮੈਂ ਨਹੀਂ ਗੱਲ 'ਤੇ ਮੰਨਦੀ। ਮੈਂ ਕਈ ਪੇਰੈਂਟਸ ਨਾਲ ਗੱਲਾਂ ਕੀਤੀਆਂ, ਮੈਨੂੰ ਨਾ ਉਹਨਾਂ ਦੀ ਐਡਵਾਈਸ ਦਾ ਮੈਨੂੰ ਫੋਨ ਆਇਆ ਸੀ, ਦਿਸ ਇਜ਼ ਵੀ ਟਾਕਿੰਗ ਸਟੇਟ ਆਫ ਕੈਲੀਫੋਰਨੀਆ ਨਾਓ, ਆਈ ਐਮ ਇਨ ਵਾਸ਼ਿੰਗਟਨ ਬਟ ਆਈ ਡੂ ਅ ਲੋਟ ਆਫ ਵਰਕ ਇਨ ਸਟੇਟ ਆਫ ਕੈਲੀਫੋਰਨੀਆ। ਅਤੇ ਕਹਿੰਦੇ ਰੂਬੀ, ਤਾਂ ਅਸੀਂ ਸਲਾਹ ਕਰਨੀ ਹੈ ਕਿ ਸਾਨੂੰ ਪਲੀਜ਼ ਤੁਸੀਂ ਦੱਸੋ ਕਿ ਅਸੀਂ ਬੱਚੇ ਲੈ ਕੇ ਇੰਡੀਆ ਜਾਣ ਨੂੰ ਸੋਚ ਰਹੇ ਹਾਂ। ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤਾਂ ਤਿਆਰ ਹਾਂ ਬੱਚੇ ਲੈ ਕੇ ਜਾਣ ਨੂੰ, ਮੈਂ ਤਾਂ ਹੁਣ ਤੁਰ ਜਾਂ, ਮੇਰੀ ਵਾਈਫ ਨਹੀਂ ਮੰਨਦੀ। ਅਤੇ ਮੈਂ ਕਿਹਾ ਭਾਅ ਜੀ ਕਿ ਬੱਚੇ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਆਇਆਂ ਨੂੰ, ਹੈ ਨਾ, ਬੱਚੇ ਇੱਧਰ ਐਗਜ਼ਾਮਪਲ ਹੋਣੇ ਆ? ਕਹਿੰਦੇ ਹਾਂਜੀ। ਪਰ ਛੋਟਾ ਮੁੰਡਾ ਮੇਰਾ ਕਹਿੰਦੇ ਰਹਿ ਕੇ ਆਇਆ, ਉਹ ਤਾਂ ਯੂਸ ਟੂ ਆ, ਕੁੜੀ ਥੋੜ੍ਹਾ ਚਿਰ ਰਹਿ ਕੇ, ਬਟ ਬੱਚੇ ਵੀ ਜਾਣ ਨੂੰ ਤਿਆਰ ਆ, ਵਾਈਫ ਨਹੀਂ ਮੰਨਦੀ। ਅਤੇ ਮੈਂ ਉਹਨਾਂ ਨੂੰ ਸਮਝਾਇਆ, ਮੈਂ ਕਿਹਾ ਭਾਅ ਜੀ ਐਡਜਸਟਮੈਂਟਸ ਜਿਹੜੀਆਂ ਹੈਗੀਆਂ ਨਾ, ਬੜੀਆਂ ਮੁਸ਼ਕਿਲ ਹੋ ਜਾਂਦੀਆਂ, ਅਨਲੈਸ ਤੁਹਾਨੂੰ ਲੱਗਦਾ ਕਿ ਤੁਸੀਂ ਡੈਫੀਨੇਟਲੀ ਕਰ ਸਕਦੇ ਹੋ। ਮੈਂ ਨਹੀਂ ਕਦੀ ਵੀ ਕਿਸੇ ਨੂੰ ਰੈਕਮੈਂਡ ਕਰਦੀ ਕਿ ਤੁਸੀਂ ਆਪਣਾ ਘਰ ਬਾਰ ਵੇਚ ਕੇ ਨਵੀਂ ਜ਼ਿੰਦਗੀ ਜਾ ਕੇ ਕਿਤੇ ਹੋਰ ਸ਼ੁਰੂ ਕਰੋ। ਜਿਹੜੀ ਕੰਟਰੀ 'ਚ ਤੁਸੀਂ ਜੰਮੇ ਪਲੇ ਹੋਵੋਗੇ, ਉਹ ਕੰਟਰੀ ਦੂਜਿਆਂ ਲਈ ਬੜੀ ਔਖੀ ਲੱਗਦੀ ਆ। ਅਸੀਂ ਇੱਥੇ ਜੰਮੇ ਪਲੇ ਹਾਂ,
ਰਾਈਟ, ਮੈਨੂੰ ਐਡਜਸਟਮੈਂਟ ਕਰਨੀ ਬੜੀ ਔਖੀ ਲੱਗਣੀ ਆ. ਮਾਈ ਮਦਰ ਇਜ਼ ਬੀਨ ਹੇਅਰ ਫੋਰ ਓਵਰ 50 ਈਅਰਸ, ਯੂ ਨੋ ਵਟ ਆਈ ਮੀਨ, ਇਟਸ ਸੇਮ. ਮਾਈ ਫਾਦਰ ਵਾਸ ਹੇਅਰ ਈਵਨ ਬਿਫੋਰ ਦੈਨ, ਟੀਨੇਜਰ ਈਅਰਸ 'ਚ ਆਏ ਸੀਗੇ. ਸੋ ਹੁਣ ਲੋਕਾਂ ਲਈ ਵੀ ਐਡਜਸਟਮੈਂਟ ਕਹਿ ਦਿੰਦੇ ਆ, ਇੰਡੀਆ ਜਾਣਾ ਜੀ, ਸਾਡੀ ਜਣਾ ਇੰਡੀਆ ਹੈ, ਕਈ ਵਾਰੀ ਕਹਿ ਦਿੰਦੇ ਆ. ਪਰ ਜਿਹੜਾ ਉੱਥੇ ਨਾ, ਜਦੋਂ ਕੋਵਿਡ ਹੋਇਆ ਸੀਗਾ, ਉੱਥੇ ਵੀ ਇਸ਼ੂ ਇਹ ਆਈ ਸੀ ਜੀ, ਰਹਿ ਨਹੀਂ ਹੁੰਦਾ, ਫਸ ਗਏ ਹਾਂ. ਰਿਸ਼ਤੇਦਾਰ ਸਾਡੇ ਫਸ ਗਏ ਸੀ, 6-6 ਮਹੀਨੇ ਫਸੇ ਰਹੇ. ਕਹਿੰਦੇ ਤੁਸੀਂ ਫਸ ਗਏ ਇੱਥੇ ਆ ਕੇ. ਆਪਾਂ ਕਹਿ ਦਿੰਦੇ ਹਾਂ ਕਿ ਵਾਪਸ ਚੱਲੀਏ, ਇਟਸ ਨਾਟ ਆਲਵੇਜ਼ ਦੈਟ ਸਿੰਪਲ, ਜੋ ਸੱਚੀ ਗੱਲ ਹੈਗੀ ਆ. ਅਤੇ ਦੂਜੀ ਗੱਲ ਇਹ ਆ ਕਿ ਇੰਡੀਆ 'ਚ ਸਾਰਾ ਕੁਝ ਚੱਲ ਰਿਹਾ ਜੀ. ਇੱਕ ਮੈਂ ਸਟੋਰੀ ਦੇਖਦੀ ਹੁੰਦੀ ਹਾਂ, ਸ਼ੀ ਇਜ਼ ਫਰੋਮ ਇੰਡੀਆ, ਸ਼ੀ ਲਿਵਸ ਇਨ ਟੋਰੋਂਟੋ, ਐਂਡ ਆਈ ਥਿੰਕ ਸ਼ੀ ਇਜ਼ ਬਿਨ ਔਨ ਦ ਪੋਡਕਾਸਟ ਚਾਏ ਵਿਦ ਟੀ, ਅਤੇ ਹੋਰ ਵੀ ਪੋਡਕਾਸਟ 'ਤੇ ਆਈ ਹੋਈ ਆ ਉਹ ਕੁੜੀ, ਮਖੈਂਜੀ, ਐਂਡ ਆਈ ਲਿਸਨ ਟੂ ਹਰ ਸਮਟਾਈਮਸ, ਆਈ ਐਮ ਲਿਸਨਿੰਗ ਐਕਚੁਅਲੀ ਅ ਲੌਂਗ ਟਾਈਮ ਨਾਓ. ਅਤੇ ਉਹ ਕਹਿੰਦੀ ਕਿ ਮੈਂ ਤਾਂ ਇੰਡੀਆ ਸ਼ੁਰੂ ਕਰਤਾ ਸੀਗਾ ਜੈਂਡਰ ਟ੍ਰਾਂਜੀਸ਼ਨ ਇੱਥੇ ਆਉਣ ਤੋਂ ਪਹਿਲਾਂ, ਉੱਥੇ ਸਕਿੰਨ ਤੁਹਾਡੇ ਨਾਲ ਅੱਗੇ ਐਡਵਾਂਸਡ ਆ ਇੰਡੀਆ ਦੇ ਵਿੱਚ, ਤੁਸੀਂ ਇੱਥੇ ਲੋਕ ਤਾਂ ਪੁਰਾਣੇ ਆਏ ਹੋ, ਬਹੁਤ ਤੁਸੀਂ ਬੈਕਵਰਡ ਮਾਈਂਡਡ ਹੋ, ਇੰਡੀਆ ਦਾ ਸਾਰਾ ਕੁਛ ਇਹ ਬੜਾ ਐਡਵਾਂਸ ਆ, ਯੂ ਨੋ. ਸੋ ਮੈਂ ਭਾਅ ਜੀ ਨੂੰ ਵੀ ਇਹ ਗੱਲ ਕਹੀ, ਮੈਂ ਕਿਹਾ ਤੁਸੀਂ ਨਾ, ਭਾਅ ਜੀ ਮੈਨੂੰ ਫੋਨ ਕੀਤਾ, ਸਲਾਹ ਮੰਗੀ ਆ, ਰਾਈਟ, ਦਿਸ ਇਜ਼ ਵਟ ਆਈ ਫੀਲ. ਅਗੈਨ ਆਪਣੀ ਵਾਈਫ ਨਾਲ ਜ਼ਰੂਰ ਗੱਲ ਕਰਿਓ ਕਿ ਤੁਸੀਂ ਇਸ ਤਰ੍ਹਾਂ ਨਹੀਂ ਹੈਗਾ ਕਿ ਤੁਸੀਂ ਦੇਸ਼ ਹੀ ਛੱਡ ਜਾਓ, ਰਾਈਟ. ਦੇਅਰ ਇਨ ਕੈਲੀਫੋਰਨੀਆ, ਯਾ ਸਟੇਟ, ਬਟ ਹਾਓ ਲੌਂਗ, ਹਾਓ ਲੌਂਗ ਹੋਰ ਸੇ ਚਲੇ ਆਉਂਗੇ, ਕਿਹੜੇ ਕਿੱਥੇ ਕੀ ਲੋਜ਼ ਹੋਣੇ ਆ, ਰਾਈਟ. ਬੈਕ ਟੂ ਜੈਂਡਰ ਨਿਊਟਰਲ ਬਾਥਰੂਮਸ, ਮੈਂ ਤਾਂ ਨਹੀਂ ਕੰਫਰਟੇਬਲ ਹੈਗੀ ਜੀ. ਲੇਡੀਜ਼ ਹੁੰਦਾ ਸੀਗਾ, ਬੰਦਿਆਂ ਹੁੰਦਾ ਸੀ. ਆਈ ਲਾਈਕ ਹੈਵਿੰਗ ਆਰ ਓਨ ਲੇਡੀਜ਼ ਰੈਸਟਰੂਮ, ਯੂ ਨੋ, ਆਈ ਵੁੱਡ ਹੈਵ ਐਨ ਇਸ਼ੂ ਜੇ ਅਸੀਂ ਬੁੜੀਆਂ ਹੁਣ ਬੰਦਿਆਂ ਦੇ ਬਾਥਰੂਮ ਤੁਰੀਆਂ ਫਿਰਨ, ਰਾਈਟ. ਇਟ ਡਜ਼ਨਟ ਲੁੱਕ ਰਾਈਟ. ਸੋ ਆਈ ਜਸਟ ਥੌਟ ਕਿ ਆਪਾਂ ਇਹ ਸਬਜੈਕਟ 'ਤੇ ਅੱਜ ਗੱਲ ਕਰੀਏ. ਸਤਿ ਸ਼੍ਰੀ ਅਕਾਲ ਜੀ, ਵੈਲਕਮ, ਵੇਅਰ ਬੈਕ ਵਿਦ ਅ ਨਿਊ ਐਪੀਸੋਡ. ਆਪਾਂ ਅੱਜ ਗੱਲ ਕਰਨੀ ਆ ਇੱਕ ਇਹੋ ਜਿਹੇ ਬੰਦੇ ਦੀ ਜਿਹਦਾ ਨਾਂ ਸੀ ਗੁਰਮੀਤ ਢੀਂਡਸਾ. 1982 'ਚ ਇੰਡੀਆ ਤੋਂ ਇੱਥੇ ਆਇਆ. ਜਦੋਂ ਇੱਥੇ ਆਇਆ, ਜਿਹੜੀ ਕਾਰ ਵਾਸ਼ਿਸ ਹੁੰਦੀਆਂ ਆ ਉੱਥੇ ਅਟੈਂਡੈਂਟ ਸੀਗਾ. ਥੋੜ੍ਹੇ ਸਾਲਾਂ ਬਾਅਦ ਇਹਨੇ ਆਪਣਾ ਗੈਸ ਸਟੇਸ਼ਨ ਖਰੀਦਣੇ ਸ਼ੁਰੂ ਕਰ ਲਏ. ਇੱਕ ਗੈਸ ਸਟੇਸ਼ਨ ਖਰੀਦਿਆ, ਦੋ ਖਰੀਦੇ, ਅਪ ਟੂ 60 ਗੈਸ ਸਟੇਸ਼ਨ ਸੀਗੇ. ਕਿਤੇ 51 ਕਹਿੰਦੇ ਆ, ਕਿਤੇ 60 ਕਹਿੰਦੇ. ਸੋ ਦੇਰ ਇਜ਼ ਨਾਟ ਅ ਸੈਟ ਅਮਾਊਂਟ ਕਿੰਨੇ ਸਟੋਰ ਸੀ ਇਹਦੇ. 300 ਤੋਂ ਜ਼ਿਆਦਾ ਇਹਦੇ ਇੰਪਲੋਈ ਸੀਗੇ. ਸਿਟੀ ਗੈਸ, ਗੈਸਲੀਨ ਕੋਰਪ ਨਾਮ ਸੀਗਾ. ਤੁਸੀਂ ਉਸ ਟਾਈਮ ਈਸਟ ਕੋਸਟ 'ਚ ਰਹਿੰਦੇ ਸੀਗੇ, ਤੁਸੀਂ ਢੀਂਡਸਾ ਨਾਂ ਜ਼ਰੂਰ ਸੁਣਿਆ ਹੋਣਾ. ਉਹ ਇਸ ਤਰ੍ਹਾਂ ਕਈ ਵਾਰੀ ਬੰਦੇ ਦਾ ਲਾਲਚ ਜਿਹੜਾ ਹੁੰਦਾ ਨਾ, ਲਾਲਚ ਮਾਰ ਜਾਂਦਾ. ਇੰਨਾ ਪੈਸਾ ਕਮਾਇਆ, ਮਿਲੀਅਨਸ, 100 million ਤਾਂ ਕਹਿੰਦੇ ਹੀ ਆ, ਆਈ ਐਮ ਸ਼ੋਰ ਇਟਸ ਮੱਚ ਮੋਰ. ਇਸਨੇ ਕਿਵੇਂ ਗੈਸ ਸਟੇਸ਼ਨ ਵਿੱਚ ਪੰਪ ਦੇ ਵਿੱਚ, ਉਸ ਟਾਈਮ ਦੇ ਤੁਹਾਨੂੰ ਨਾ ਐਮਰਜੈਂਸੀ ਇਲੈਕਟ੍ਰਿਕ ਅਤੇ ਰਿਮੋਟ ਕੰਟਰੋਲ ਜੇ ਤੁਸੀਂ ਪੰਪ ਦੇ ਨੀਚੇ ਲਾ ਦਿੰਦੇ ਸੀਗੇ. ਜਦੋਂ ਉਹਨਾਂ ਨੇ ਦੇਖਣਾ ਕਿ ਕੋਈ ਬੰਦਾ ਗੱਡੀ 'ਚ ਗੈਸ ਪਾਉਣਾ ਆ, ਉਹਨਾਂ ਨੇ ਬਟਨ ਦੱਬ ਦੇਣਾ ਰਿਮੋਟ ਕੰਟਰੋਲ ਦਾ, ਅਤੇ ਮੀਟਰ ਕਹਿੰਦੇ ਜਲਦੀ ਘੁੰਮਦਾ ਹੁੰਦਾ ਸੀਗਾ. ਇਹ ਗੱਲਾਂ ਮੈਂ ਆਪ ਵੀ ਸੁਣੀਆਂ ਪੁਰਾਣੀਆਂ, ਕਿ ਗੈਸ ਥੋੜ੍ਹੀ ਜਾਂਦੀ ਸੀ ਕਾਰ ਦੇ ਵਿੱਚ. ਸੋ ਕਾਫੀ ਪ੍ਰੋਫਿਟ ਉਹਨੇ ਉਸ ਤਰ੍ਹਾਂ ਬਣਾਇਆ. ਜਦੋਂ ਦੇਖਣਾ ਕਿ ਕੋਈ ਆਪਣਾ ਗੈਸ ਵਾਸਤੇ ਜਦੋਂ ਹੁੰਦਾ ਕੰਟੇਨਰ ਫਿਲ ਕਰਾਉਣਾ ਆ, ਉਹਨਾਂ ਨੇ ਉਦੋਂ ਨਹੀਂ ਔਨ ਕਰਨਾ ਕਦੀ ਵੀ, ਕਿ ਉਹਨਾਂ ਨੂੰ ਪਤਾ ਸੀ ਕਿ ਬੰਦਾ ਫਿਗਰ ਆਊਟ ਕਰ ਲੂਗਾ ਕਿੰਨੀ ਗੱਲ ਇਹਦਾ ਮੇਰੇ ਕੋਲ ਟੈਂਕ ਆ, ਹੈ ਨਾ.
ਜਿਹੜਾ ਹੋਲਡ ਕੀਤਾ ਹੋਇਆ ਨਾ ਤਾਂ ਥੈਂਕਸ ਆਓ, ਅਤੇ ਬੜਾ ਪੈਸਾ ਕਮਾਇਆ ਜੀ ਇਹਨੇ। ਜੇ ਡਿਪਾਰਟਮੈਂਟ ਹੁੰਦੇ ਆ ਕੰਜ਼ਿਊਮਰ ਅਫੇਅਰਸ ਵਾਲਾ, ਉਹਨਾਂ ਨੇ ਵੀ ਖਰੀਦਿਆ ਸੀਗਾ, ਆਪਣੇ ਪੇਰੋਲ 'ਤੇ ਰੱਖਿਆ ਸੀ ਜੀ। ਬਹੁਤ ਖੁਸ਼ ਹੋਇਆ, ਬੜੇ ਮੁੰਡੇ ਮਰੇ ਆ, ਬੜੀਆਂ ਫੈਮਲੀਆਂ ਖਰਾਬ ਹੋਈਆਂ ਆ। ਅਤੇ ਮੈਂ ਤੁਹਾਨੂੰ ਇੱਕ ਇਹੋ ਜਿਹੇ ਬੰਦੇ ਨਾਲ ਵੀ ਮਿਲਾਊਂਗੀ ਮੈਂ ਨੈਕਸਟ ਪੋਡਕਾਸਟ, ਜਿਹਦਾ ਉਹਨੂੰ ਜੇਲ੍ਹ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ। ਹੀ ਸਾਈਨਿੰਗ ਅ ਪਟੀਸ਼ਨ ਐਂਡ ਆਈ ਟਾਕ ਟੂ ਹਿਮ, ਅਤੇ ਕਹਿੰਦਾ ਕਿ ਰੂਬੀ ਆਈ ਵਾਂਟ ਟੂ ਗੈਟ ਹਿਮ ਆਊਟ, ਕਿ ਇਹਨੇ ਸਜ਼ਾ ਆਪਣੀ ਭੁਗਤ ਲਈ। ਆਈ ਡੋਂਟ ਬਲੀਵ ਸੋ, ਬਟ ਆਪਾਂ ਤੁਹਾਨੂੰ ਉਹਨਾਂ ਨਾਲ ਵੀ ਇੰਟਰੋਡਿਊਸ ਕਰਾਵਾਂਗੇ। ਸੋ ਗੁਰਮੀਤ ਢੀਂਡਸਾ ਇੱਥੇ ਆਇਆ, ਪਹਿਲਾ ਗੈਸਟ ਜਦੋਂ ਖਰੀਦਿਆ, ਕਹਿੰਦੇ ਹੁਣ ਮੈਂ ਲੋਕਾਂ ਨਾਲ ਗੱਲਾਂ ਦੇ ਇੰਟਰਵਿਊਜ਼ ਦੀ ਗੱਲ ਦੱਸਣੀ ਆ। ਕਹਿੰਦੇ ਕਿ ਜਦੋਂ ਪਹਿਲਾਂ ਗੈਸਟ ਸਟੇਸ਼ਨ ਨੂੰ ਖਰੀਦਿਆ ਸੀ ਅਤੇ ਨਾ ਉੱਥੇ ਕੋਈ ਨਾਈਟ ਕਲੱਬ ਸੀ ਜਾਂ ਪਾਰਕਿੰਗ ਦੀ ਇਸ਼ੂ ਸੀਗੀ, ਇਹਦੇ ਗੈਸ ਸਟੇਸ਼ਨ 'ਤੇ ਆ ਕੇ ਨਾ ਗੱਡੀਆਂ ਲੋਕਾਂ ਨੇ ਪਾਰਕ ਕਰ ਜਾਣੀਆਂ। ਗੁਰਮੀਤ ਕਿਸੇ ਡਰਦਾ ਨਹੀਂ ਸੀਗਾ, ਇੱਕ ਦਿਨ ਇਹ ਬਾਹਰ ਗਿਆ ਬੈਟ ਲੈ ਕੇ ਅਤੇ ਸਾਰੇ ਉਹਨਾਂ ਨੇ ਸ਼ੀਸ਼ੇ ਗੱਡੀਆਂ ਦੇ ਭੰਨਤੇ। ਉਦਣ ਤੋਂ ਬਾਅਦ ਕਿਸੇ ਨੇ ਮੁੜ ਕੇ ਜ਼ੁਰਤ ਨਹੀਂ ਕੀਤੀ ਕਿ ਢੀਂਡਸਾ ਦੇ ਗੈਸ ਸਟੇਸ਼ਨ 'ਤੇ ਗੱਡੀ ਲਾਉਣ ਪਾਰਕਿੰਗ ਲਈ। ਨਾ ਜਸਟ ਰਿਮੈਂਬਰ, ਆਪਾਂ 90s ਦੀ ਗੱਲ ਕਰ ਰਹੇ ਹਾਂ, ਦੈਟਸ ਪ੍ਰੀਟੀ ਬੋਲਡ। ਇਹਦਾ ਰਾਈਟ ਹੈਂਡ ਸੀ ਇੱਕ ਕਾਲਾ, ਜਿਹਨੂੰ ਇਹ ਪੇ ਕਰਦਾ ਸੀਗਾ ਕਿ ਤੂੰ ਫਲਾਣੇ ਨੂੰ ਅੱਜ ਮਾਰ ਦੇ ਬੰਦੇ ਲੈ ਕੇ। ਆਹ ਬੰਦਾ 12 ਵਜੇ ਤੋਂ ਪਹਿਲਾਂ ਰਾਤ ਦੇ ਅੱਜ ਖਤਮ ਹੋਣਾ ਚਾਹੀਦਾ। ਬੜੇ ਮਰਡਰ ਕਰਾਏ, ਬੜੇ ਕਿਡਨੈਪਿੰਗ ਕਰਾਈਆਂ। ਇੱਕ ਬੰਦਾ ਸੀਗਾ ਜਿਹਦਾ ਭਰਾ ਇੱਥੇ 95 ਵਿੱਚ ਆਇਆ ਅਤੇ ਉਹ ਮਿਸਿੰਗ ਹੋ ਗਿਆ, ਲੱਭਿਆ ਹੀ ਨਹੀਂ। ਗੈਸ ਸਟੇਸ਼ਨ ਕਿਹਦੇ 'ਤੇ ਕੰਮ ਕਰਦਾ ਸੀਗਾ? ਵਾਓ, ਢੀਂਡਸਾ ਦੇ ਗੈਸ ਸਟੇਸ਼ਨ 'ਤੇ। ਭਰਾ 1.5 ਸਾਲ ਬਾਅਦ ਆਇਆ ਅਤੇ ਉਹਨੇ ਰੌਲਾ ਰੌਲਾ ਪਾਇਆ ਕਿ ਭਾਈ ਮੇਰਾ ਬ੍ਰਦਰ ਨਹੀਂ ਲੱਭਦਾ, ਯੇ ਵੋ। ਅਤੇ ਉਹਨੂੰ ਬੜੇ ਦੂਜਿਆਂ ਮੁੰਡਿਆਂ ਨੇ ਕਿਹਾ, ਬੰਦਿਆਂ ਨੇ ਕਿਹਾ ਕਿ ਭਾਈ ਤੂੰ ਇਹਦੀਆਂ ਗੱਲਾਂ ਨਾ ਪੁੱਛ, ਕਿ ਤੇਰੇ ਮਗਰ ਉਹ ਆ ਸਕਦਾ ਆ। ਉਹਨੇ ਪੁਲਿਸ ਰਿਪੋਰਟ ਫਾਈਲ ਕੀਤੀ ਫਿਰ ਕਿ ਭਾਈ ਮੈਨੂੰ ਇੰਨਾ ਚਿਰ ਹੋ ਗਿਆ ਇੱਥੇ ਆਏ ਨੂੰ, ਕਿ ਯੂ ਨਾਟ ਹੈਲਪਿੰਗ, ਮੇਰਾ ਭਰਾ ਕਿੱਥੇ ਆ? ਇਨਵੈਸਟੀਗੇਸ਼ਨ ਫੋਲੋਅਪ ਕਰਦਾ ਰਿਹਾ। ਉਹ ਨਾਈਟ ਸ਼ਿਫਟ 'ਤੇ ਕੰਮ ਕਰਨਾ ਪਿਆ ਜੀ। 1.5 ਸਾਲ ਬਾਅਦ ਇੱਕ ਦਿਨ ਰਾਤ ਨੂੰ 2 ਕਾਲੇ ਆਏ। ਨਾਓ ਵੀ ਟਾਕਿੰਗ ਬਿਫੋਰ ਕੈਮਰਾਸ ਪੀਪਲ, ਅਤੇ ਜੇ ਸੀਗੇ ਵੀ ਫੁਟੇਜ ਵਾਜ਼ ਨਾਟ ਕਲੀਅਰ, ਰਾਈਟ, ਬੈਡ ਫੁਟੇਜ। ਇੱਦਾਂ ਨਹੀਂ ਹੁਣ ਹਰ ਇੱਕ ਬੰਦੇ ਦੇ ਘਰ ਵਿੱਚ ਫੋਨ ਦੇ ਵਿੱਚ ਦਰਵਾਜ਼ੇ 'ਤੇ ਕੈਮਰਾ ਲੱਗਿਆ, ਨਾਟ ਲਾਈਕ ਦੈਟ। ਅਤੇ ਜੀ ਉਹ ਅੰਦਰ ਜਿਹੜਾ ਸਟੋਰ 'ਚ ਗੈਸ ਪੰਪ ਔਨ ਕਰਨ ਗਿਆ ਜਾਂ ਜੋ ਵੀ ਗੱਲ ਸੀਗੀ, ਇੱਕ ਨੇ ਤਾਂ ਗੱਡੀ ਬੈਠਾ ਲੁੱਕ ਆਊਟ ਸੀਗਾ ਕਿ ਦੇਖਦਾ ਕੋਈ ਆ ਤਾਂ ਨਹੀਂ ਜਾਂਦਾ। ਉਹਨੇ ਆਪਣੀ ਕਹਿੰਦੇ ਤੂੰ ਗੋਡਿਆਂ 'ਤੇ ਹੋ ਜਾ, ਅਤੇ ਸਿਰ ਦੇ ਪਿੱਛੋਂ ਐਕਸੀਕਿਊਸ਼ਨ ਸਟਾਈਲ ਗੋਲੀ ਮਾਰੀ ਅਤੇ ਗੋਲੀਆਂ ਮਾਰੀਆਂ, ਉਹ ਖਤਮ ਹੋ ਗਿਆ। ਪਹਿਲਾਂ ਤਾਂ ਭਰਾ ਨਹੀਂ ਲੱਭਿਆ, 1.5 ਸਾਲ ਬਾਅਦ ਦੂਜਾ ਵੀ ਚਲੇ ਗਿਆ। ਦਿਸ ਇਜ਼ ਵਨ ਆਫ ਦ ਮੈਨੀ। ਲੋਕ ਕਹਿੰਦੇ ਸੀਗੇ ਜਿੱਥੇ ਗੈਸ ਸਟੇਸ਼ਨ ਬਣਾਉਂਦਾ ਸੀਗਾ ਕਿ ਉਹਦੇ ਥੱਲੇ ਬੰਦੇ ਦੱਬ ਦਿੰਦਾ ਸੀਗਾ, ਇਹਨਾਂ ਨੇ ਗੈਸ ਸਟੇਸ਼ਨ ਪੱਟਿਆ ਵੀ ਉਹਦਾ। ਉਹਨਾਂ ਨੂੰ ਸ਼ੱਕ ਸੀ ਕਿ 95 ਵਾਲਾ ਜਿਹੜਾ ਮਰਡਰ ਹੋਇਆ ਉਹਦਾ ਕੋਈ ਬੋਡੀ ਜਾਂ ਐਵੀਡੈਂਸ ਕੁਛ ਲੱਭ ਜੂਗਾ, ਇਹਨੂੰ ਨਹੀਂ ਲੱਭਿਆ ਜੀ। ਬੰਦਾ ਬਹੁਤ ਚੁਸਤ ਸੀਗਾ, ਦੇਖ ਲਓ ਜਿਹੜੇ ਬੰਦੇ ਨੂੰ ਥੋੜ੍ਹੇ ਚਿਰ 'ਚ ਆ ਕੇ ਉਸ ਟਾਈਮ ਦੇ ਵਿੱਚ ਇੰਨੀ ਤਰੱਕੀ ਕਰ ਲਈ, ਇਹਨੇ ਦੁਨੀਆ ਡਰਾ ਕੇ ਰੱਖਣਾ ਪਿਆ ਸੀ। ਕਹਿੰਦੇ ਇੰਡੀਅਨ ਕਮਿਊਨਿਟੀ, ਸਿੱਖ ਕਮਿਊਨਿਟੀ ਬੜੀ ਡਰਦੀ ਸੀ ਉਦੋਂ ਕਿ ਢੀਂਡਸਾ ਆ ਗਿਆ। ਜਦੋਂ ਮੁੰਡੇ ਮਰਦੇ ਸੀਗੇ, ਜੇ ਉਹਨਾਂ ਦੇ ਫਿਊਨਰਲ 'ਤੇ ਕੋਈ ਗਿਆ ਅਤੇ ਲੱਗਿਆ ਕਿ ਇਹ ਬੰਦਾ ਪੁਲਿਸ ਕੋਲ ਦੱਸ ਨਾ ਦੇ, ਉਹਨਾਂ ਨੇ ਕਹਿਣਾ ਤੈਨਾਂ ਅਸੀਂ ਗੱਲ ਕਰਨੀ ਆ ਕਿ ਤੈਨੂੰ ਪਤਾ ਕਿ ਸਾਡੇ ਬਾਰੇ ਕੌਣ ਇਨਫੋਰਮੇਸ਼ਨ ਦੇ ਰਿਹਾ? ਜੇ ਤੁਸੀਂ ਕਿਹਾ ਤਾਂ ਨਹੀਂ ਭਾਈ ਸਾਨੂੰ ਨਹੀਂ ਪਤਾ, ਅਸੀਂ ਨਹੀਂ ਇਨਵੋਲਵ ਹੋਣਾ, ਤੁਹਾਡੇ ਮਗਰ ਲੱਗ ਜਾਂਦੇ ਸੀਗੇ। ਰੀਅਲੀ ਸੈਡ ਸਟੋਰੀ।
ਜਿਹੜਾ ਬੰਦਾ ਉਹਦੇ ਖਿਲਾਫ ਖੜਦਾ ਸੀ ਢੀਂਸੇ ਦੇ, ਇੱਕ ਹੋਰ ਸੀਗਾ ਸੁਰਜੀਤ ਜੀ, ਪੁਲਿਸ ਕੋਲ ਗਿਆ ਅਤੇ ਕਹਿੰਦਾ ਮੈਂ ਦੇਖਿਆ ਬਹੁਤ ਕੁਛ ਹੋ ਰਿਹਾ ਆ ਅਤੇ ਇੱਕ ਮਰਡਰ ਤਾਂ ਮੇਰੇ ਅੱਖਾਂ ਸਾਹਮਣੇ ਉਹਦੇ ਭਰਾ ਨੇ ਕਰਤਾ ਸੀਗਾ, 91 ਦੀ ਗੱਲ ਆ, ਅਤੇ ਕਹਿੰਦੇ ਮੁੜ ਕੇ ਉਹਨੂੰ ਇੰਡੀਆ ਚੜ੍ਹਾਤਾ, 97 'ਚੋਂ ਵਾਪਸ ਆ ਗਿਆ ਭਰਾ ਉਹਦਾ, ਗੋਲੀਆਂ ਮਾਰੀਆਂ ਜੀ ਗੱਡੀ ਬੈਠ ਕੇ, ਉੱਠਨੇ ਸੀਗੇ ਪਰ ਡੇਅਰ ਐਨੀਬਾਡੀ ਸੇ ਐਨੀਥਿੰਗ, ਕੋਈ ਗੱਲ ਨਹੀਂ ਕਰਦਾ ਸੀ। ਸੋ ਇਹਦੇ ਗੈਸ ਸਟੇਸ਼ਨ ਢੀਂਸੇ ਦੇ ਨਿਊਯੋਰਕ, ਨਿਊ ਜਰਸੀ, ਪੈਨਸਲਵੇਨੀਆ ਸਾਰੇ ਪਾਸੇ ਸੀ ਜੀ, ਸਿਟੀ ਗੈਸ ਦਾ ਕਿਹਨੇ ਨਾਮ ਨਹੀਂ ਸੁਣਿਆ ਸੀਗਾ, ਢੀਂਸੇ ਦਾ ਕਿਹਦਾ ਨਾਮ ਨਹੀਂ ਸੁਣਿਆ ਸੀ, ਐਵਰੀਬਾਡੀ ਹਰਡ ਆਫ ਢੀਂਸਾ। 1990 ਦੇ ਵਿੱਚ ਵੀ ਢੀਂਸੇ ਦਾ ਪਹਿਲਾਂ ਗੁਰਮੀਤ ਦਾ ਅਰੈਸਟ ਹੋਇਆ ਸੀਗਾ, ਉਸ ਟਾਈਮ ਲੱਗੇ ਸੀ ਇਹਦੇ ਦੇ ਚਾਰਜਸ ਫਿਰ ਕਿਡਨੈਪਿੰਗ, ਰੋਬਰੀ, ਅਸਲਟ, 90 ਦਿਨ ਲਾ ਕੇ ਜੇਲ੍ਹ 'ਚ ਆਇਆ ਅਤੇ ਫਿਰ ਆ ਗਿਆ ਬਾਹਰ। ਅਗੇਨ 91 ਦੇ ਵਿੱਚ ਸੇਮ ਇਸ਼ੂ, 93 ਵਿੱਚ ਵੈਪਨ ਚਾਰਜਸ, ਇੱਕ ਸਾਲ ਜੇਲ੍ਹ ਦੀ ਕੱਟੀ ਬਾਹਰ ਆ ਗਿਆ, 97 ਦੇ ਵਿੱਚ ਦੋ ਵਾਰੀ ਇਹਨੂੰ ਚੱਕਿਆ ਗੈਸ ਜਦੋਂ ਫੜਿਆ, ਜਦ ਤੱਕ ਇਹ ਜੇਲ੍ਹ ਨਿਕਲ ਕੇ ਆਇਆ ਬੇਲ 'ਤੇ ਜਦ ਤੱਕ ਇਹ ਆਇਆ ਉਦੋਂ ਤੱਕ ਇਹਨੂੰ ਸਾਰੇ ਨਾਮ ਪਤਾ ਸੀ ਕਿ ਮੇਰੇ ਖਿਲਾਫ਼ ਕੌਣ ਕੌਣ ਬੋਲਿਆ, ਅਤੇ ਉਹਨਾਂ ਦੇ ਘਰ ਦੇ ਬਾਹਰ ਇਹਨੇ ਗੱਡੀ ਘੁਮਾਉਣੀ, ਖੜ੍ਹ ਜਾਣਾ, ਉਹਨਾਂ ਨੂੰ ਫੋਲੋ ਕਰਨਾ, ਇੰਨਾ ਡਰ ਬਿਸ਼ ਉਹਨਾਂ ਦਿਲ 'ਚ ਬਿਠਾ ਕੇ ਰੱਖਣਾ ਕਿ ਪਤਾ ਨਹੀਂ ਤੁਹਾਨੂੰ ਕਿਹੜੇ ਵੇਲੇ ਕਿਸੇ ਨੇ ਮਾਰ ਦੇਣਾ। ਇੱਕ ਬੰਦਾ ਸੀ, ਉਹਨੇ ਦੇਖ ਲਿਆ ਕਿ ਮੇਰੇ ਮਗਰ ਗੱਡੀ ਆਉਂਦੀ ਆ, ਉਹਨੇ ਘੁਮਾ ਕੇ ਗੱਡੀ ਫਿਰ ਘਰ ਆ ਗਿਆ, ਜਦੋਂ ਪਤਾ ਲੱਗਿਆ ਕੋਈ ਮੈਨੂੰ ਕੋਈ ਨਹੀਂ ਦੇਖਦਾ, ਉਹ ਨਿਕਲ ਗਿਆ ਕਿਸੇ ਦੇ ਗੈਸ ਸਟੇਸ਼ਨ ਜਾ ਕੇ ਲੁੱਕ ਗਿਆ। ਇਸ ਟਾਈਮ ਤੱਕ ਇਕੱਲੀ ਪੁਲਿਸ ਨੇ, FBI, everyone was involved. So, ਉਹਨੂੰ ਫਿਰ ਪ੍ਰੋਟੈਕਸ਼ਨ ਦਿੱਤੀ ਗਈ, ਇੱਕ ਹੋਟਲ 'ਚ ਲੈ ਗਈ ਫੈਮਲੀ ਉਹਦੀ ਨੂੰ, ਇਕੱਲੀ ਇਹ ਨਹੀਂ ਬੜੀਆਂ ਹੋਰ ਫੈਮਲੀਆਂ ਸੀਗੀਆਂ, ਬਟ ਉਹਦੇ ਖਿਲਾਫ਼ ਬੋਲਣ ਤੋਂ ਦੁਨੀਆ ਬੜੀ ਡਰਦੀ ਸੀ, ਕੰਬਦੀ ਸੀ ਜੀ ਉਹਦੇ ਨਾਂ ਤੋਂ। ਜਦੋਂ ਸ਼ੱਕ ਪੈਣੀ ਪਤਾ ਹੀ ਨਹੀਂ ਲੱਗਣਾ, ਉਹਦੇ ਪਤਾ ਲੱਗਣਾ ਕਿ ਭਾਈ ਜਿਹੜਾ ਉਹਨੇ ਸੁਰਜੀਤ ਸੀਗਾ, ਘਰ ਦੇ ਸਾਹਮਣੇ ਵੈਨ ਚਿੱਟੀ 'ਚ ਆਏ, ਬਾਹਰ 'ਚ ਨਿਕਲਿਆ ਗੱਡੀ 'ਚੋਂ, ਪਹਿਲਾਂ ਉਹਨੂੰ ਹੌਰਨ ਹੂਰਨ ਮਾਰਿਆ ਉਹਨੇ ਅਤੇ ਗੱਡੀ ਰੋਕ ਲੂਗਾ, ਜਾਂ ਉਹਨੇ ਕਿਹਾ ਕਿ ਚਲੋ ਉਹਨੇ ਟੇਕ ਓਵਰ ਕਰਨਾ, ਮੈਂ ਪਾਸੇ ਗੱਡੀ ਕਰ ਲੈਣਾ। ਉਹਨੇ ਗੱਡੀ ਪਾਸੇ ਲਾਈ, ਵਿਟਨੈਸ ਸੀਗਾ ਇਹ ਵੀ, ਬਲੌਕ ਆਫ ਉਹਨੂੰ ਕਰਕੇ ਮਾਰਵੇ ਨਿਕਲਿਆ ਕਾਲਾ, ਉਹਦੇ ਪੁਆਇੰਟ ਬਲੈਂਕ ਕਲੋਸ ਰੇਂਜ 'ਤੇ 8 ਗੋਲੀਆਂ ਮਾਰੀਆਂ। ਨਾਲ ਉਹਦਾ ਕਜ਼ਨ ਬੈਠਾ ਸੀ ਜਿਹਨੇ ਸਾਰਾ ਕੁਝ ਦੇਖਿਆ, ਇੱਕ ਵਿਟਨੈਸ ਤਾਂ ਚੱਕਤਾ ਸੀ ਉਹਨਾਂ ਦਾ ਕਿ ਸਾਨੂੰ ਜੇਲ੍ਹ ਕਰਾਉਣ ਵਾਲਾ, ਸਾਡੇ ਖਿਲਾਫ਼ ਬੋਲਣ ਵਾਲਾ ਕਿਹੜਾ ਜੰਪ ਆ। ਸੈਡ ਬਟ ਹੀ ਵਾਜ਼ ਗੋਨ। ਜਿਹੜਾ ਕਜ਼ਨ ਸੀ ਉਹਦਾ, ਉਹਨੇ ਵੀ ਪਤਾ ਸੀ ਕਿ ਮਾਰ ਦੇਣਾ ਮੈਨੂੰ, ਫਿਰ ਉਹਨੂੰ ਦਿਖਾ ਕੇ ਲੈ ਕੇ ਆਏ ਫੋਟੋਆਂ ਕਿ ਭਾਈ ਆਹ ਬੰਦਾ ਤਾਂ ਨਹੀਂ, ਕਿਹੜਾ ਬੰਦਾ ਆ ਬੁੱਕ ਦੇ ਵਿੱਚੋਂ। ਕਹਿੰਦਾ ਮੈਂ ਉਦੋਂ ਨੇ ਨਰਵਸ ਸੀਗਾ, ਮੈਨੂੰ ਤਾਂ ਆਪ ਨਹੀਂ ਪਤਾ ਕਿਹੜਾ ਸੀ, ਪਰ ਜਦੋਂ ਉਹਨੇ ਫੋਟੋਆਂ 'ਚ ਦੇਖਿਆ ਕਹਿੰਦਾ ਆਹ ਬੰਦਾ ਸੀਗਾ। ਅਤੇ ਪੁਲਿਸ ਨੇ ਉਹਨੂੰ ਚੱਕਿਆ, ਕਹਿੰਦੇ ਦੱਸ ਦਿਓ ਤੂੰ ਕੀ ਕੁਛ ਕੀਤਾ, ਪਹਿਲਾਂ ਤਾਂ ਉਹ ਕਿੰਨਾ ਚਿਰ ਨਹੀਂ ਬੋਲਿਆ, ਜਿਵੇਂ ਬੰਦਾ ਡਰਦਾ ਹੁੰਦਾ ਆ। ਫਿਰ ਜੀ ਬੋਲ ਪਿਆ ਕਿ ਹਾਂਜੀ ਗੋਲੀਆਂ ਮੈਂ ਮਾਰੀਆਂ, ਮੇਰੇ ਨਾਲ ਇੱਕ ਬੰਦਾ ਹੋਰ ਸੀ ਜਿਹੜਾ ਨਾਂ ਲਿਆ ਉਹਨੇ, ਝੂਠਾ ਨਾਂ ਸੀਗਾ। ਜਦੋਂ ਉਹਨੂੰ ਫੜਿਆ ਕਹਿੰਦਾ ਨਾ ਮੈਂ ਤਾਂ ਸੀਗਾ ਨਹੀਂ ਨਾਲ, ਮੈਂ ਤਾਂ ਫਲਾਨੇ ਰੈਸਟੋਰੈਂਟ 'ਤੇ ਫਲਾਨੇ ਬੰਦੇ ਨਾਲ ਉਦੋਂ ਬੈਠਾ ਸੀਗਾ, ਉਹਦੀ ਸਟੋਰੀ ਸਹੀ ਨਿਕਲੀ। ਫਿਰ ਇਹਨਾਂ ਨੇ ਜਦੋਂ ਨਾ ਉਹ ਤੀਜਾ ਬੰਦਾ ਸੀਗਾ ਜਿਹੜਾ ਗੈਸ 'ਚ ਲੁੱਕ ਗਿਆ ਸੀ, ਡਾਕਟਰ ਨੂੰ ਯਾਦ ਆ ਜਿਹਨੇ ਮੈਂ ਕਿਹਾ ਸੀ FBI ਪ੍ਰੋਟੈਕਸ਼ਨ ਮਿਲ ਗਈ ਸੀ ਉਹਨੂੰ, ਵੈਲ FBI ਉਹਦੇ ਘਰ ਨੂੰ ਚੱਲੀ ਸੀਗੀ ਅਤੇ ਉਹਨਾਂ ਨੂੰ ਇੱਕ ਪੇਜ ਆ ਗਿਆ
ਜੁੜੀ ਕਾਲ ਕਰਨਗੇ ਜਦੋਂ ਉਹਨਾਂ ਨੇ ਮਗਰ ਦੇਖਿਆ ਕਿ ਵਰ ਟਾਕਿੰਗ ਪੇ ਫੋਨ ਟਾਈਮ ਰਾਈਟ ਪੇ ਫੋਨ ਹੁੰਦੇ ਜ਼ਿਆਦਾ ਪੇਜਰ ਹੁੰਦੇ ਸੀਗੇ ਉਹਨਾਂ ਜਦੋਂ ਰੋਕਿਆ ਦੇਖਿਆ ਸਾਡੇ ਮਗਰ ਕੋਈ ਗੱਡੀ ਸਾਨੂੰ ਫੋਲੋ ਕਰ ਰਹੀ ਆ ਅਤੇ ਉਹ ਨਿਕਲੇ ਅਤੇ ਪੁੱਛਿਆ ਕਿ ਭਾਈ ਲਾਇਸੈਂਸ ਰਜਿਸਟ੍ਰੇਸ਼ਨ ਪਲੀਜ਼ ਕੀ ਇਨਸਾਨ ਕੱਢ ਕੇ ਦਿੱਤੀ ਕਹਿੰਦੇ ਜ਼ਰੂਰ ਓਕੇ ਸਰਚ ਯੂਅਰ ਕਾਰ ਕਹਿੰਦਾ ਓਕੇ ਗੱਡੀ ਸਰਚ ਕੀਤੀ ਉਦੋਂ ਪੰਪ ਰਿਗਿੰਗ ਦਾ ਸਿਸਟਮ ਦੇਖਿਆ ਉਹਨਾਂ ਨੂੰ ਰਾਈਟ ਅਤੇ ਦੇਖੋ ਨਾ ਰੈਸਟਮ ਸਟਿਲ ਛੱਡ ਦਿੱਤਾ ਉਹ ਤੋਂ ਬਾਅਦ ਇਹ ਉਹਨਾਂ ਦੇ ਘਰ ਗਏ ਦੂਜਿਆਂ ਦੇ ਪ੍ਰੋਟੈਕਸ਼ਨ ਦਿੱਤੀ ਅਤੇ ਫਿਰ ਬਾਅਦ ਵਿੱਚ ਕੀ ਹੋਇਆ ਕਿ ਜਿਹੜਾ ਕਾਲਾ ਸੀ ਜਿਹੜਾ ਅਰੈਸਟ ਕੀਤਾ ਹੋਇਆ ਸੀਗਾ ਇਹਨਾਂ ਨੂੰ ਲੱਗਿਆ ਕਿ ਸਾਡੇ ਕੋਲ ਅਨਫ ਐਵੀਡੈਂਸ ਨਹੀਂ ਹੈ ਕਿ ਉਹਦਾ ਵੀ ਰੈਕਰਡ ਪ੍ਰਾਇਰ ਕ੍ਰਿਮੀਨਲ ਸੀਗਾ ਉਹ ਵੀ ਜੇਲ੍ਹ ਕੱਟ ਕੇ ਆਇਆ ਸੀ ਕਿ ਜੋ ਕੁਛ ਇਹ ਕਹਿ ਰਿਹਾ ਕਿੰਨਾ ਕੁ ਸੀ ਅਤੇ ਕਿੰਨਾ ਕੱਲ੍ਹ ਨੂੰ ਕੋਰਟ ਵਿੱਚ ਹੋਲਡ ਅਪ ਹੋ ਜੂਗਾ ਚਲੋ ਜੀ ਉਹ ਵੀ ਗੱਲ ਹੋ ਗਈ ਫਿਰ ਇੱਕ ਦਿਨ ਇਹਨਾਂ ਨੇ ਨਾ ਜਦੋਂ ਉਹ ਜੇਲ੍ਹ ਦੇ ਵਿੱਚ ਸੀਗਾ ਢੀਂਸਾ ਵਾਰੰਟ ਲਿਆ ਉਹਦੀ ਗੱਡੀ ਦਾ ਉਹਦੀ ਗੱਡੀ ਫੋਲੀ ਉਹਦਾ ਜਿਹੜਾ ਵੇਅਰ ਹਾਊਸ ਸੀ ਉਹ ਸਾਰਾ ਫੋਲਿਆ ਉੱਥੇ ਉਹਨਾਂ ਨੇ ਕਿੰਨੀਆਂ ਚੋਰੀ ਹੋਈ ਲਾਇਸੈਂਸ ਪਲੇਟਸ ਲੱਭੀਆਂ ਕਿੰਨੇ ਸਿਸਟਮ ਲੱਭੇ ਬਟ ਉਹਨਾਂ ਨੂੰ ਗੱਡੀ 'ਚ ਕੁਛ ਨਹੀਂ ਲੱਭਿਆ ਅੰਟਿਲ ਕੱਪ ਹੋਲਡਰ ਦੇ ਵਿੱਚ ਇੱਕ ਯੈਲੋ ਰੰਗ ਦਾ ਪੇਪਰ ਪਿਆ ਸੀਗਾ ਅਤੇ ਉਹਦੇ ਉੱਤੇ ਲਿਖੇ ਸੀ ਨਾਮ ਕਿੰਨਿਆਂ ਜਾਣਿਆਂ ਦੇ ਹਿਟਲਿਸਟ ਸੀ ਉਹਦੀ ਉਹ ਨਾਂ ਦੱਸਦਾ ਸੀਗਾ ਤਾਂ ਉਹਨੂੰ ਕਹਿੰਦਾ ਸੀ ਫਲਾਣੇ ਬੰਦੇ ਨੂੰ ਚੱਕ ਦੇ ਐਂਡ ਦੈਟ ਪਰਸਨ ਵਾਸ ਗੋਨ ਜਾਂ ਤਾਂ ਉਹ ਉੱਡ ਜਾਂਦੇ ਸੀਗੇ ਰਾਈਟ ਜਾਂ ਤਾਂ ਉਹ ਮਾਰੇ ਜਾਂਦੇ ਸੀਗੇ ਕਿਡਨੈਪ ਪੁਆਇੰਟਸ ਪਰ ਉਹ ਬੰਦਾ ਮੁੜ ਕੇ ਤੁਹਾਨੂੰ ਲੱਭਦਾ ਨਹੀਂ ਸੀਗਾ ਹੋਰ ਫੈਮਲੀਆਂ ਵੀ ਹੈਗੀਆਂ ਜਿਹੜੀਆਂ ਡਰ ਕੇ ਸਟੇਟਾਂ ਹੀ ਛੱਡ ਗਈਆਂ ਪਤਾ ਨਹੀਂ ਹੁਣ ਕਿੱਥੇ ਰਹਿ ਰਹੀਆਂ ਸ਼ਾਇਦ ਉਹਨਾਂ 'ਚੋਂ ਕੋਈ ਸੁਣਦਾ ਹੋਇਆ ਅੱਜ ਰਾਈਟ ਜਦੋਂ ਉਹ ਲਿਸਟ ਲੈ ਕੇ ਆਏ ਕਾਲੇ ਕੋਲ ਕਾਲੇ ਨੂੰ ਦੱਸਿਆ ਕਿ ਭਾਈ ਚੱਕ ਹੁਣ ਦੱਸ ਆਰ ਯੂ ਗੋਇੰ ਟੂ ਬੀ ਹੈਲਪਫੁਲ ਔਰ ਨਾਟ ਕਾਲਾ ਕਹਿੰਦਾ ਓਕੇ ਤੀਜੇ ਬੰਦੇ ਨਾਮ ਦੱਸਦਾ ਤੀਜੇ ਬੰਦਾ ਵੀ ਅਰੈਸਟ ਕਰ ਲਿਆ ਵੀ ਹਟਾ ਲਿੱਤਾ ਸੀ ਜੀ ਸਾਨੂੰ ਉਹਨੂੰ ਮਾਰਨ ਦਾ ਸਾਨੂੰ ਜਿਹੜਾ 95 'ਚ ਅਸੀਂ ਮਾਰਿਆ ਭਰਾ ਜਿਹੜਾ ਮਿਸਿੰਗ ਸੀਗਾ ਚਾਰ ਹਾਲਤ ਸਾਨੂੰ ਉਹਦਾ ਦੀ ਵੈਪਨਸ ਬਹੁਤ ਸੀਗੇ ਅਤੇ ਬੋਲਣ ਲੱਗ ਪਏ ਇਹਨਾਂ ਦੀ ਇਨਵੈਸਟੀਗੇਸ਼ਨ ਹੋਰ ਸਟਰੋਂਗ ਹੋ ਗਈ ਫਿਰ ਇਹਨਾਂ ਨੇ ਜਦੋਂ ਉਹ ਢੀਂਸਾ ਜੇਲ੍ਹ ਵਿੱਚ ਹੁੰਦਾ ਸੀਗਾ ਉਹ ਫੋਨ ਹਮੇਸ਼ਾ ਕਰਦਾ ਸੀ ਆਪਣੇ ਸਟੋਰਾਂ ਨੂੰ ਆਪਣੇ ਇੰਪਲੋਈਜ਼ ਨੂੰ ਅਤੇ ਦੱਸੀ ਜਾਣਾ ਕੰਮ ਤੋਰੀ ਚੱਲੋ ਕੰਮ ਨਹੀਂ ਰੁਕਣਾ ਚਾਹੀਦਾ ਅਤੇ ਕੰਮ ਨਹੀਂ ਰੁਕਿਆ ਜੀ ਅੰਦਰ ਬਹਿ ਕੇ ਜਿਹੜੇ ਗੱਲਾਂ ਉਹਨੇ ਕਰਨੀ ਸੀ ਕੰਮ ਕਰਾਉਣੀ ਸੀ ਉਹ ਕਰਾ ਲੈਂਦਾ ਸੀਗਾ ਵਰਡ ਵਰਡ ਯੂਜ਼ ਕਰਦਾ ਸੀਗਾ ਅਤੇ ਉਸ ਟਾਈਮ ਵਿੱਚ ਕਹਿੰਦੇ ਸਾਨੂੰ ਪੰਜਾਬੀ ਟ੍ਰਾਂਸਲੇਟਰ ਲੱਭਣਾ ਬੜਾ ਔਖਾ ਲੱਗਿਆ ਪਰ ਸਾਨੂੰ ਲੱਭ ਗਿਆ ਸੀ ਸੋ ਇਹਦੀ ਕਾਲਸ ਟ੍ਰਾਂਸਲੇਟ ਹੋਣਾ ਪਈ ਸੀ ਕਿ ਕਹਿ ਰਿਹਾ ਜੀ ਇਹ ਜਦ ਤੱਕ ਇਹ ਬਾਹਰ ਨਿਕਲਦਾ ਸੀਗਾ ਦੁਨੀਆ 'ਤੇ ਫਿਰ ਡਰ ਉਨਾ ਹੀ ਹੋ ਜਾਂਦਾ ਸੀਗਾ ਇਹਦੇ ਜੇਲ੍ਹ ਬੈਠੇ ਤੋਂ ਵੀ ਦੁਨੀਆ ਡਰਦੀ ਸੀ ਇਹ ਜੋ ਇਹਨੇ ਕਰਾਉਣਾ ਅੰਦਰ ਬੈਠੇ ਨੇ ਕਰਾਉਣਾ ਕਿਸ $100 million ਥੋੜ੍ਹਾ ਹੁੰਦਾ ਉਹ ਵੀ ਆਪਾਂ 90s ਦੀ ਗੱਲ ਕਰੀਏ ਇਹ ਤਾਂ ਪੈਸਾ ਜਿਹੜਾ ਉਹਨਾਂ ਨੂੰ ਪਤਾ ਆ ਇੰਨਾ ਪੈਸਾ ਹੋਰ ਹੋ ਜਿਹੜਾ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਰਾਈਟ ਸੋ ਫਾਈਨਲੀ ਇਹਦੇ ਖਿਲਾਫ਼ ਬੋਲਣ ਲੱਗੇ ਕਾਲਾ ਵੀ ਬੋਲ ਪਿਆ ਉਹਨੂੰ ਲਾਈਟ ਸੈਂਟੈਂਸ ਦਿੱਤਾ ਢੀਂਸੇ ਦੇ ਇੰਨੇ ਚਾਰਜਿਸ ਲੱਗੇ ਬਟ ਡੈਥ ਪੈਨਲਟੀ ਨਹੀਂ ਹੋਈ ਜੇਲ੍ਹ 'ਚ ਬੈਠਾ ਵੀ ਵਕੀਲ ਟਾਪ ਨੌਚ ਵਕੀਲ ਕੋਰਸ ਮਨੀ ਰਾਈਟ ਡੈਥ ਪੈਨਲਟੀ ਤੋਂ ਬਚ ਗਿਆ ਸੈਂਟੈਂਸ ਮਿਲਿਆ ਲਾਈਫ ਵਿਦਆਊਟ ਪੈਰੋਲ $4.75 million ਇਨ ਫਾਈਨ ਦਿੱਤਾ ਉਹਨੇ 6,25
ਲੱਖ ਦਿੱਤਾ ਹਰ ਇੱਕ ਫੈਮਲੀ ਨੂੰ ਜਿਹੜੀ ਇਹਨੇ ਜ਼ਿੰਦਗੀ ਖਰਾਬ ਕੀਤੀ ਸੀਗੀ, $5 lakh ਹੋਰ ਸਿਟੀ 'ਤੇ ਫੰਡ ਦਿੱਤਾ, ਅਤੇ ਜਿੰਨੇ ਵੀ ਇਹਦੇ ਬਿਜ਼ਨਸ ਸੀਗੇ ਸਾਰੇ ਆਕਸ਼ਨ ਹੋ ਗਏ, ਸਾਰਾ ਕੁਛ ਵਿਖ ਗਿਆ ਜੀ। ਅਤੇ ਮੈਂ ਹੁਣ ਜਿਹੜੇ ਲੋਕ ਜਾਣਦੇ ਸੀ ਉਸ ਟਾਈਮ ਦੇ, ਉਹਨਾਂ ਨੂੰ ਪੁੱਛਿਆ ਕਿ ਭਾਈ ਡਿਡ ਯੂ ਹੈਵ ਅ ਫੈਮਲੀ, ਕਹਿੰਦੇ ਯੈਸ, ਇੱਕ ਨਹੀਂ ਦੋ ਫੈਮਲੀ ਸੀਗੀਆਂ, ਇੱਕ ਤਾਂ ਗਿਆਨਾ ਹੀ ਸੀਗੀ ਜਿਹੜੇ ਬੱਚੇ ਸੀ ਇਹਦੇ, ਇੱਕ ਹੋਰ ਵੀ ਸੀਗੀ, ਅਫਕੋਰਸ ਹੋਰ ਸਾਈਡ 'ਤੇ ਜਿਹੜੀਆਂ ਰੱਖੀਆਂ ਸੀ ਉਹ ਰੱਖੀਆਂ ਸੀਗੀਆਂ। ਸੋ ਐਂਡ 'ਤੇ ਕੀ ਹੋਇਆ ਜੀ, ਜਿਹੜਾ ਬੰਦਾ ਇੱਥੇ ਗੱਡੀਆਂ ਧੋਂਦਾ ਧੋਂਦਾ ਥੋੜ੍ਹੇ ਚਿਰ 'ਚ ਹੀ ਸਮਾਰਟ ਸੀਗਾ, ਬਿਜ਼ਨਸ ਖਰੀਦ ਲਿਆ, 1 to 2 to 60 ਤੱਕ ਕਿੰਨੇ ਖਰੀਦ ਲਏ, ਅਰੈਸਟ ਵੀ ਹੋਇਆ, ਪਰ ਡਰਦਾ ਨਹੀਂ ਸੀ ਕਿਸੇ ਤੋਂ, ਨਾ ਪੁਲਿਸ ਤੋਂ ਡਰਦਾ ਸੀ, ਨਾ ਕਿਸੇ ਹੋਰ ਤੋਂ ਡਰਦਾ ਸੀ। ਸੋ ਦੂਜੇ ਤਾਂ ਜੇਲ੍ਹ ਹੋ ਗਈ ਉਹਨਾਂ ਨੂੰ, ਕਿਸੇ ਨੂੰ 12 ਸਾਲ ਹੋ ਗਏ, ਕਿਸੇ ਨੂੰ 14 ਸਾਲ ਹੋ ਗਈ, ਲਾਈਫ ਹੋ ਗਈ। ਹੀ ਇਜ਼ ਇਨ ਅ ਨਿਊਯਾਰਕ ਪ੍ਰਿਜ਼ਨ ਨਾਓ। ਇਹਦਾ ਭਰਾ ਰਾਈਕਰਸ ਆਈਲੈਂਡ ਭੇਜ ਦਿੱਤਾ ਗਿਆ ਸੀਗਾ। ਕਿੱਥੇ ਆ ਉਹ, ਕੀ ਹਾਲ ਉਹਨਾਂ ਦੇ, ਹੂ ਨੋਜ਼। ਜਿਹੜੀਆਂ ਜ਼ਿੰਦਗੀਆਂ ਖਰਾਬ ਹੋਈਆਂ, ਜਿਨ੍ਹਾਂ ਦੇ ਰਿਸ਼ਤੇਦਾਰ, ਜਿਨ੍ਹਾਂ ਮਾਂ ਬਾਪ ਅਤੇ ਬੱਚੇ ਚਲੇ ਗਏ, ਐਵਰੀਬਡੀ ਕਮਸ ਹੇਅਰ ਫੋਰ ਅ ਬੈਟਰ ਲਾਈਫ। ਸਾਰੇ ਬਾਹਰ ਜਾਂਦੇ ਆ, ਹੋਰ ਕੰਟਰੀ 'ਚ ਜਾਂਦੇ ਆ, ਅਤੇ ਆਪਾਂ ਪੁਰਾਣੀ ਗੱਲਾਂ ਕਰ ਰਹੇ ਹਾਂ, ਜਿਨ੍ਹਾਂ ਦੇ ਮੁੜ ਘਰ ਨਹੀਂ ਆਏ, ਜਿਨ੍ਹਾਂ ਨੂੰ ਡਰਾ ਕੇ ਮਾਰ ਦਿੱਤਾ ਗਿਆ, ਜਿਨ੍ਹਾਂ ਨੂੰ ਕਿਡਨੈਪ ਕਰ ਦਿੱਤਾ ਗਿਆ। ਤਿੰਨ ਤਾਂ ਆਪਾਂ ਨੂੰ ਪਤਾ ਹੀ ਹੈ ਜੀ ਇਹਨਾਂ ਨੇ ਜਿਹੜੇ ਮਾਰੇ ਆ, ਪਰ ਕਹਿੰਦੇ 8 ਜਾਂ ਕਿੰਨੇ ਬੰਦੇ ਹੈਗੇ ਆ ਜਿਹੜਾ ਪਤਾ ਹੀ ਨਹੀਂ ਹੈਗਾ ਕਿ ਸਿਤਮ ਹੀ ਹੋ ਗਏ ਜੀ, ਗਏ ਅਤੇ ਗਏ ਕਿੱਥੇ। ਟਾਈਮਸ ਹੈਵ ਚੇਂਜਡ, ਬਟ ਅਗੇਨ ਪੈਸੇ ਦਾ ਜ਼ੋਰ ਦਿਖਾਇਆ ਜਾਂਦਾ ਜੀ। ਤੁਹਾਡੇ ਕੋਲ ਜਦੋਂ ਪੈਸਾ ਹੁੰਦਾ ਆ, ਤੁਸੀਂ ਕੀ ਕੁਛ ਕਰ ਸਕਦੇ ਹੋ, ਤੁਸੀਂ ਕੀ ਕੁਛ ਖਰੀਦ ਸਕਦੇ ਹੋ। ਗਵਰਨਮੈਂਟ ਇੰਪਲੋਈਸ, ਰਾਈਟ। ਇੱਕ ਉਹਨਾਂ ਨੇ ਲੱਭੀ ਸੀ ਇਹਦੀ ਕਾਰ ਦੇ ਵਿੱਚ ਨਾ ਮਦਰ ਬੋਰਡ ਲੱਭੀ ਸੀਗੀ, ਅਤੇ ਸੀਲਸ ਲੱਭੀਆਂ ਸੀਗੀਆਂ ਇੰਸਪੈਕਸ਼ਨ ਵਾਲੀਆਂ, ਬਹੁਤ ਕੁਛ ਲੱਭਿਆ ਸੀਗਾ, ਬਿਕੋਜ਼ ਅਗੇਨ ਡਿਪਾਰਟਮੈਂਟ ਆਫ ਕੰਜ਼ੂਮਰ ਅਫੇਅਰਸ ਇਹਨੇ ਖਰੀਦੇ ਹੋਏ ਸੀਗੇ। ਤੁਸੀਂ ਇੱਥੇ ਹਜੇ ਵੀ ਚੱਲਦਾ ਜੀ, ਇਹ ਨਾ ਸੋਚੋ ਕਿ ਪੁਰਾਣੀ ਗੱਲਾਂ ਆ, ਹੁਣ ਨਹੀਂ ਹੁੰਦਾ, ਹੁੰਦਾ ਆ ਜੀ। ਮੇਰੇ ਕੋਲ ਇੰਨੀਆਂ ਸਟੋਰੀਜ਼ ਹੈਗੀਆਂ ਜਿਹੜੇ ਕੈਲੀਫੋਰਨੀਆ ਜਾਂ ਹੋਰ ਸਟੇਟਾਂ ਵਿੱਚ ਬਿਲਡਿੰਗਾਂ ਦੀ ਬਿਲਡਿੰਗਾਂ ਬਣੀਆਂ ਆ, ਇੰਜੀਨੀਅਰਸ, ਮੇਅਰਸ, ਦੁਨੀਆ ਖਰੀਦੀ ਹੋਈ ਆ। ਰਿਸ਼ੀ ਕਪੂਰ ਇੱਕ ਆਦਮੀ ਹੈਗਾ ਮਾਇਆਮੀ, ਸੇਮ ਥਿੰਗ, ਉਹਨੇ ਦੁਨੀਆ ਬੜੀ ਖਰੀਦੀ ਹੋਈ ਸੀਗੀ, ਇੰਪਲੋਈਜ਼ ਖਰੀਦ, ਗਵਰਨਮੈਂਟ ਅਫੀਸ਼ਲਸ ਖਰੀਦੇ ਹੋਏ ਸੀਗੇ। ਚੱਲਦਾ ਆ, ਸਾਰਾ ਕੁਛ ਚੱਲਦਾ ਆ, ਬਟ ਯੂ ਹੈਵ ਟੂ ਬੀ ਅਬਲ ਟੂ ਆਈਡੈਂਟੀਫਾਈ ਇਟ। ਪਰ ਇਹਦਾ ਨਤੀਜਾ ਕੀ ਹੋਇਆ ਜੀ, ਜਿਹੜੇ ਬੰਦੇ ਨੇ ਇੰਨਾ ਕੁਛ ਬਣਾ ਕੇ ਮਿਲੀਅਨਸ ਵਿੱਚ ਖੇਡਿਆ ਵੀ, ਸਟ੍ਰੈਸ ਵੀ, ਲੋਕਾਂ ਦੇ ਬੱਚੇ ਵੀ ਮਾਰੇ, ਪੈਸਾ ਪੈਸਾ ਪੈਸਾ, ਵੈਨ ਦਾ ਹੈਲ ਇਜ਼ ਇਟ ਅਨਫ ਔਰ ਇਜ਼ ਇਟ ਐਵਰ ਅਨਫ? ਆਈ ਡੋਂਟ ਥਿੰਕ ਸੋ। ਇਨਸਾਨ ਕੋ ਨਾ ਜਿੰਨਾ ਮਰਜ਼ੀ ਪੈਸਾ ਹੋਏ, ਅਤੇ ਇਨਸਾਨ ਕਦੀ ਰਾਜਦਾ ਨਹੀਂ, ਉਹ ਤਾਂ ਲਾਲਚ ਜਿਹੜਾ ਹੁੰਦਾ ਨਾ ਹੋਰ ਵੱਧਦਾ ਜਾਂਦਾ, ਇੱਦਾਂ ਇਹਦਾ ਲਾਲਚ ਵੱਧਦਾ ਗਿਆ। ਮੈਂ ਲੋਕਾਂ ਤੋਂ ਇਹ ਵੀ ਗੱਲਾਂ ਸੁਣੀਆਂ ਜਿਹੜੇ ਔਨਲਾਈਨ ਹੈਗੇ, ਮੈਨੂੰ ਕਹਿੰਦੇ ਕਿ ਰੂਬੀ ਇਹ ਬੰਦਿਆਂ ਦੀ ਇੰਸ਼ੋਰੈਂਸ ਕੌਣ ਸੀ, ਲਾਈਫ ਇੰਸ਼ੋਰੈਂਸ ਕਰਾਉਣਾ ਸੀਗਾ। ਸੋ ਆਈ ਹੈਵ ਨਾਟ ਸੀਨ ਦੈਟ ਐਨੀਵੇਅਰ ਐਲਸ ਕਿ ਲਾਈਫ ਇੰਸ਼ੋਰੈਂਸ ਕਰਾਉਂਦਾ ਸੀਗਾ, ਪਰ ਹੋ ਸਕਦਾ ਜੀ। ਬਟ ਹੀਅਰ ਇਜ਼ ਅਨਦਰ ਕੁਐਸਚਨ, ਜੇ ਲਾਈਫ ਇੰਸ਼ੋਰੈਂਸ ਵੀ ਕਰਾ ਰਿਹਾ ਸੀਗਾ, ਉਹ ਇਹੀ ਬੈਨੀਫਿਸ਼ਰੀ ਸੀਗਾ, ਕਿਸੇ ਨੋਟਿਸ ਨਹੀਂ ਕੀਤਾ? ਨੋ, ਇਟ ਡਿਡਨਟ ਰੇਜ਼ ਰੈੱਡ ਫਲੈਗਸ ਔਰ ਬਿਕਾਜ਼ ਹੀ ਹੈਡ ਸੋ ਮੱਚ ਮਨੀ। ਕਿ ਸਾਰੇ ਰਲੇ ਹੁੰਦੇ ਆ, ਯੂ ਨੋ। ਬੜੀ ਟਾਈਮ ਲੱਗਿਆ, ਬੜੀ ਔਖੀ ਤਰ੍ਹਾਂ ਦੇ ਨਾਲ ਇਨਵੈਸਟੀਗੇਸ਼ਨ ਕਰਕੇ, ਤਾਂ ਦੁਨੀਆ ਡਰਦੀ ਸੀ ਬਹੁਤ ਇਹਦੇ ਤੋਂ ਜੀ, ਪਰ ਇਹ ਪਹਿਲਾਂ ਜਲ ਗਿਆ ਹੋਇਆ ਸੀ ਤੈਨੂੰ ਕੋਈ ਫਰਕ ਨਹੀਂ ਸੀਗਾ, ਡਰਾਉਂਦਾ ਸੀਗਾ ਲੋਕਾਂ ਨੂੰ, ਡਰਦਾ ਨਹੀਂ ਸੀ ਪਰ ਡਰਾਉਂਦਾ ਸੀ।
ਆਪਾਂ ਗੱਲ ਤੁਹਾਡੇ ਇਹੋ ਜਿਹੇ ਲੋਕਾਂ ਨਾਲ ਕਰਾਵਾਂਗੇ। ਉਹ ਦੂ ਅਨਦਰ ਪੋਡਕਾਸਟ, ਤੁਸੀਂ ਹੋਰ ਲੋਕਾਂ ਦੀ ਸਾਈਡ ਵੀ ਸੁਣ ਸਕਦੇ ਹੋ ਜਿਹਨਾਂ ਦੇ ਉਸ ਟਾਈਮ ਪੇਰੈਂਟਸ ਕੰਮ ਕਰਦੇ ਸੀਗੇ ਜਾਂ ਜਿਹੜੇ ਨਾ ਜਾਣਦੇ ਸੀਗੇ, ਜਾਂ ਜਿਹੜਾ ਬੰਦਾ ਢੀਂਡਸਾ ਦਾ ਬੜਾ ਕਲੋਸ ਦੋਸਤ ਸੀਗਾ ਤੁਹਾਡੀ, ਉਹਨਾਂ ਨਾਲ ਗੱਲ ਕਰਾਵਾਂਗੇ। ਤੁਸੀਂ ਆਉਂਦੇ ਹੋ, ਸੁਣਦੇ ਹੋ, ਸਾਨੂੰ ਬੜਾ ਵਧੀਆ ਲੱਗਦਾ। ਅਗੇਨ ਰਿਵੀ ਬਾਸੀ, ਥੈਂਕ ਯੂ ਫੋਰ ਲਿਸਨਿੰਗ। ਆਪਾਂ ਜੀ ਫਿਰ ਜਲਦੀ ਮਿਲਾਂਗੇ। ਬਾਏ ਬਾਏ।